ਸਤਿ ਸ਼੍ਰੀ ਅਕਾਲ। ਮੈਂ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਨਾ ਚਾਹੁੰਦੀ ਹਾਂ। ਸੰਗਰੂਰ ਦੇ ਵਿੱਚ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ, ਇਹ ਸਿਰਫ ਇੰਨਾ ਕਹਿ ਦੇਣਾ ਕਿ ਸ਼ਲਾਘਾਯੋਗ ਹੈ, ਮੈਨੂੰ ਲੱਗਦਾ ਕਾਫੀ ਨਹੀਂ। ਔਰ ਮੇਰੇ ਕੋਲ ਸ਼ਾਇਦ ਇੰਨੇ ਲਫ਼ਜ਼ ਵੀ ਨਹੀਂ ਹਨ ਕਿ ਮੈਂ ਇਸ ਚੀਜ਼ ਨੂੰ ਇਸ ਤੋਂ ਵੱਧ ਸ਼ਬਦਾਂ 'ਚ ਕਹਿ ਸਕਾਂ। ਪਰ ਜਿਸ ਤਰ੍ਹਾਂ ਤੁਹਾਡੇ ਚਿਹਰਿਆਂ ਤੋਂ ਪਤਾ ਲੱਗ ਰਿਹਾ ਹੈ ਕਿ ਇਹ ਉਪਰਾਲਾ ਆਪਣੇ ਆਪ ਦੇ ਵਿੱਚ ਕਿੰਨਾ ਵੱਡਾ ਹੈ। ਸੁਪਨੇ ਦੇਖ ਲੈਣੇ ਬੜੇ ਆਸਾਨ ਨੇ, ਪਰ ਸੁਪਨਿਆਂ ਨੂੰ ਹਕੀਕਤ 'ਚ ਬਦਲਣਾ ਬੜਾ ਔਖਾ ਹੈ। ਸੋ ਮੈਂ ਸਾਰੀ ਟੀਮ ਨੂੰ, ਕਰਨਵੀਰ ਸੀਬੀਆ ਨੂੰ, ਉਹਨਾਂ ਦੇ ਪਰਿਵਾਰ ਨੂੰ, ਇਹ ਲੱਗਦਾ ਹੁੰਦਾ ਹੈ ਕਿ ਇੱਕ ਬੰਦਾ ਇੱਥੇ ਕੰਮ ਕਰਦਾ, ਪਰ ਜਿਹੜਾ ਮਗਰਲਾ ਪਰਿਵਾਰ ਹੈ, ਜੋ ਉਹ ਕੋਆਪਰੇਸ਼ਨ ਨਾ ਦੇਵੇ, ਉਹਨੂੰ ਜਰੇ ਨਾ, ਤਾਂ ਇਹ ਸਭ ਕੁਝ ਹੋਣਾ ਪੋਸੀਬਲ ਨਹੀਂ ਹੋ ਸਕਦਾ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਇਸ ਵੇਲੇ ਜਿਹੜਾ ਸੈਸ਼ਨ ਹੈ ਪਾਤਰ ਸਾਹਿਬ ਨਾਲ ਹੈ, ਨਾਂ ਲੈਂਦਿਆਂ ਹੀ ਇਸ ਤਰ੍ਹਾਂ ਲੱਗਦਾ ਹੈ ਕਿ ਬਹੁਤ ਵੱਡੀ ਸ਼ਖਸੀਅਤ। ਔਰ ਮੈਂ ਇਹਨਾਂ ਨੂੰ ਬਹੁਤ ਨਜ਼ਦੀਕ ਤੋਂ ਥੋੜ੍ਹਾ ਜਾਣਨ ਦਾ ਮੈਨੂੰ ਮੌਕਾ ਮਿਲਿਆ, ਗੱਲਬਾਤ ਕਰਨ ਦਾ ਮੌਕਾ ਮਿਲਿਆ। ਬਹੁਤ ਵੱਡੇ ਸ਼ਾਇਰ ਨੇ, ਇਹ ਤੁਸੀਂ ਸਾਰੇ ਜਾਣਦੇ ਹੋ। ਇੱਕ ਬਹੁਤ ਚੰਗੀ ਸ਼ਖਸੀਅਤ ਦੇ, ਬੜੀ ਚੰਗੀ ਰੂਹ ਦੇ ਮਾਲਕ ਨੇ। ਜਦੋਂ ਇਹ ਗੱਲ ਤੁਰੇਗੀ ਤਾਂ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੋਏਗਾ। ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਨੇ, ਬਹੁਤ ਸਾਰੀਆਂ ਕਵਿਤਾਵਾਂ, ਔਰ ਮੈਂ ਜਦੋਂ ਇਹਨਾਂ ਨੂੰ ਕਵਿਤਾਵਾਂ ਕਹਿੰਦਿਆਂ ਸੁਣਿਆ ਹੈ, ਤਾਂ ਇੱਕ ਗੱਲ ਜੋ ਮੈਨੂੰ ਮਹਿਸੂਸ ਹੋਈ, ਉਹ ਸਿਰਫ ਲਿਖੀਆਂ ਨਹੀਂ, ਉਹ ਜ਼ਾਤੀ ਤੌਰ 'ਤੇ, ਜਿਵੇਂ ਕਹਿੰਦੇ ਨਾ ਹੱਡ ਬੀਤੀ ਅਤੇ ਜੱਗ ਬੀਤੀ। ਹੱਡ ਬੀਤੀ ਕੋਈ ਜ਼ਰੂਰੀ ਨਹੀਂ ਹੁੰਦੀ ਕਿ ਤੁਸੀਂ ਉਸ ਚੀਜ਼ ਨੂੰ ਬਿਲਕੁਲ ਇੱਕ ਇੱਕ ਪੰਨੇ ਦੇ ਉੱਪਰ ਇੱਕ ਇੱਕ ਹਰਫ ਦੇ ਨਾਲ ਜੀਆ ਹੋਵੇ, ਪਰ ਕਈ ਵਾਰੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ਮਹਿਸੂਸ ਕਰ ਲੈਂਦੇ ਹੋ, ਕਹਿੰਦੇ ਜੇ ਕਿਸੇ ਦਾ ਦੁੱਖ ਸੁਣ ਕੇ ਅੱਖ ਭਰ ਆਵੇ ਤਾਂ ਕਮਾਲ ਹੈ। ਉਹ ਤੁਹਾਡੇ ਅੰਦਰ ਤੁਹਾਡੀ ਰੂਹ ਨੂੰ ਦਰਸਾਉਂਦੀ ਹੈ ਗੱਲ ਨੂੰ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਸ ਚੀਜ਼ ਦਾ ਬਿਲਕੁਲ ਆਪਣਾ ਤੁਹਾਡਾ ਤਜੁਰਬਾ, ਜ਼ਾਤੀ ਤਜੁਰਬਾ ਹੋਵੇ, ਪਰ ਕਿਸੇ ਦੇ ਤਜੁਰਬੇ ਨੂੰ ਜਾਂ ਕਿਸੇ ਆਪਣੇ ਆਲੇ ਦੁਆਲੇ ਦੇ ਤਜੁਰਬੇ ਨੂੰ ਜ਼ਾਤੀ ਸਮਝ ਕੇ ਉਹਨੂੰ ਲਿਖਣਾ, ਉਹ ਬਹੁਤ ਵੱਡੀ ਗੱਲ ਹੈ। ਮੈਂ ਉਹਨਾਂ ਬਾਰੇ ਕੋਈ ਬਹੁਤ ਜ਼ਿਆਦਾ ਇੰਟਰੋਡਕਸ਼ਨ ਨਹੀਂ ਦੇਣਾ ਚਾਹੁੰਦੀ, ਕਿਉਂਕਿ ਉਹ ਆਪਣੇ ਆਪ ਦੇ ਵਿੱਚ ਇੰਨੇ ਮੁਕੰਮਲ, ਅਤੇ ਮੈਂ ਆਪਣੇ ਆਪ ਦੇ ਵਿੱਚ ਬੜੀ ਉਣਤਾਈ ਮਹਿਸੂਸ ਕਰਦੀ ਹਾਂ ਕਿ ਮੈਂ ਉਹਨਾਂ ਬਾਰੇ ਕੀ ਆਖਾਂ ਅਤੇ ਕੀ ਆਖਾਂ। ਉਨਕੇ ਆਨੇ ਪੇ ਕਿਆ ਜਲਾਊਂ ਮੈਂ ਚਰਾਗ, ਉਨਕੇ ਆਨੇ ਪੇ ਕਿਆ ਜਲਾਊਂ ਮੈਂ ਚਰਾਗ, ਇਤਨੀ ਨਾਦਾਂ ਵੀ ਨਹੀਂ ਸੂਰਜ ਕੋ ਦਿਖਾਊਂ ਮੈਂ ਚਰਾਗ। ਸੋ ਅਸੀਂ ਆਪਣੀ ਅੱਜ ਦੀ ਸ਼ਾਮ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹੌਸਲੇ ਨਾਲ ਬੈਠੇ ਹੋ, ਬਹੁਤ ਕੁਛ ਇਸ ਸ਼ਾਮ ਦੀ ਝੋਲੀ ਵਿੱਚ ਹੈ, ਬਾਕੀ ਤੁਹਾਡੇ ਸਾਰਿਆਂ 'ਤੇ ਮੁਨੱਸਰ ਕਰਨਾ ਵੀ ਤੁਸੀਂ ਕਿੰਨਾ ਕੁ ਸਮੇਟ ਸਕੋਗੇ ਔਰ ਕਿੰਨਾ ਕੁ। ਸੋ ਪਾਤਰ ਸਾਹਿਬ ਜੀ ਆਇਆਂ ਨੂੰ, ਮੇਰੇ ਥੋੜ੍ਹੇ ਕਹੇ ਨੂੰ ਬਹੁਤਾ ਸਮਝੋ। ਪਿਆਰੇ ਦੋਸਤੋ, ਜਦੋਂ ਕੋਈ ਮੇਰੀਆਂ ਬਹੁਤ ਜ਼ਿਆਦਾ ਸਿਫਤਾਂ ਕਰੇ, ਜਿਸ ਤਰ੍ਹਾਂ ਕਿ ਬਿੱਟੂ ਨੇ ਕੀਤੀਆਂ, ਤਾਂ ਫਿਰ ਮੈਂ ਇੱਕ ਗੱਲ ਸੁਣਾਉਣਾ ਹੁੰਦਾ। ਇਹੋ ਗੱਲ ਉਦੋਂ ਮੈਨੂੰ ਸਾਹਿਤ ਅਕੈਡਮੀ ਇਨਾਮ ਮਿਲ ਚੁੱਕਾ ਸੀ ਪੰਜਾਬ 94 ਦੀ ਗੱਲ ਹੈ, 95 ਦੀ। ਤੋ ਮੈਂ ਅਤੇ ਮੇਰਾ ਇੱਕ ਦੋਸਤ ਲੁਧਿਆਣੇ ਦੇ ਇੱਕ ਪੁਲ ਤੋਂ ਸਕੂਟਰ 'ਤੇ ਲੰਘਣ ਲੱਗੇ ਅਤੇ ਸਾਨੂੰ ਸਿਪਾਹੀਆਂ ਨੇ ਰੋਕ ਲਿਆ। ਅਤੇ ਮੇਰਾ ਦੋਸਤ ਬੜੇ ਮਾਣ ਨਾਲ ਕਹਿਣ ਲੱਗਾ ਕਿ ਇਹ ਤਾਂ ਸੁਰਜੀਤ ਪਾਤਰ ਹੈ, ਇਹਨਾਂ ਨੂੰ ਸਾਹਿਤ ਅਕੈਡਮੀ ਇਨਾਮ ਮਿਲ ਚੁੱਕਾ। ਤੋ ਸਿਪਾਹੀ ਨੇ ਮੈਨੂੰ ਬੜੇ ਗੌਰ ਨਾਲ ਸਿਰ ਤੋਂ ਪੈਰਾਂ ਤੱਕ ਦੇਖਿਆ ਅਤੇ ਕਹਿਣ ਲੱਗਾ, ਅੱਛਾ, ਸਿਹਤ ਕੋਈ ਖਾਸ ਲੱਗਦੀ ਤਾਂ ਹੈ ਨਹੀਂ,
ਵੀ ਮਿਲ ਗਿਆ ਹੋਊਗਾ ਸਿਹਤ ਅਕੈਡਮੀ ਇਨਾਮ। ਕਿੰਨੀ ਖੂਬਸੂਰਤ ਗੱਲ ਹੈ ਨਾ ਆਪਣੇ ਆਪ ਦੇ ਵਿੱਚ। ਇਹ ਲਤੀਫਾ ਮੇਰੇ ਬਾਰੇ ਵੀ ਹੈ, ਸਿਪਾਹੀ ਬਾਰੇ ਵੀ ਹੈ। ਤੋ ਮੈਂ ਸਭ ਤੋਂ ਪਹਿਲਾਂ ਤਾਂ ਸਿਬੀਆ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਹ ਰੌਣਕ ਲਾਈ। ਪੰਜਾਬ ਬਾਰੇ ਮੈਂ ਬਹੁਤ ਉਦਾਸ ਦਿਨਾਂ 'ਚ ਇੱਕ ਬਹੁਤ ਉਦਾਸ ਕਵਿਤਾ ਲਿਖੀ ਸੀ, ਪਰ ਉਹ ਕੁਛ ਦਿਨ ਉੱਦਾਂ ਹੀ ਉਦਾਸ ਪਈ ਰਹੀ ਅਤੇ ਮੈਂ ਉੱਦਾਂ ਹੀ ਪੜ੍ਹਦਾ ਰਿਹਾ। ਪਰ ਇੱਕ ਦਿਨ ਅਚਾਨਕ ਉਹਦੇ 'ਚੋਂ ਨਵੇਂ ਪੱਤੇ ਫੁੱਟ ਆਏ ਉਸ ਕਵਿਤਾ ਦੇ ਵਿੱਚੋਂ। ਅਤੇ ਤੁਹਾਨੂੰ ਮੈਂ ਉਹ ਇੱਕ ਛੋਟੀ ਜਿਹੀ ਕਵਿਤਾ ਸੁਣਾਉਣੀ ਚਾਹੁੰਦਾ ਜਿਹੜੀ ਮੈਂ ਇਸੇ ਪ੍ਰਸੰਗ 'ਚ ਮੈਂ ਲਿਖਿਆ ਸੀ ਕਿ ਮਾਤਮ ਹਿੰਸਾ ਖੌਫ ਬੇਬਸੀ ਅਤੇ ਅਨਿਆਂ ਇਹ ਨੇ ਅੱਜ ਕੱਲ੍ਹ ਮੇਰੇ ਪੰਜਾਂ ਦਰਿਆਵਾਂ ਦੇ ਨਾਂ। ਮਾਤਮ ਹਿੰਸਾ ਖੌਫ ਬੇਬਸੀ ਅਤੇ ਅਨਿਆਂ ਇਹ ਨੇ ਅੱਜ ਕੱਲ੍ਹ ਮੇਰੇ ਪੰਜਾਂ ਦਰਿਆਵਾਂ ਦੇ ਨਾਂ। ਜੋ ਹੁੰਦੇ ਸਨ ਸਤਲੁਜ ਬਿਆਸਾ ਰਾਵੀ ਜੇਹਲਮ ਅਤੇ ਚਨਾ, ਪਰ ਜਿਹੜੇ ਇੱਕ ਦਿਨ ਹੋਵਣਗੇ ਰਾਗ ਸ਼ਾਇਰੀ ਹੁਸਨ ਮੁਹੱਬਤ ਅਤੇ ਨਿਆਂ ਮੇਰੇ ਪੰਜਾਂ ਦਰਿਆਵਾਂ ਦੇ ਨਾਂ। ਸੋ ਮੈਂ ਸਮਝਦਾ ਜਿਹੜੇ ਮੈਂ ਪੰਜਾਬ ਦੇ ਦਰਿਆਵਾਂ ਦੇ ਨਾਮ ਸੋਚੇ ਸੀ ਕਿ ਰਾਗ ਸ਼ਾਇਰੀ ਹੁਸਨ ਮੁਹੱਬਤ ਅਤੇ ਨਿਆਂ, ਸ਼ਾਇਦ ਦਰਿਆਵਾਂ ਦੇ ਉਹ ਨਾਂ ਬਣਾਉਣ ਵਾਸਤੇ ਹੀ ਇਹ ਉਤਸਵ ਵਿਰਾਸਤ ਦੇ ਉਤਸਵ ਸ਼ੁਰੂ ਹੋਏ ਕਿ ਸਾਡੇ ਦਰਿਆਵਾਂ ਦੇ ਨਾਮ ਇਹ ਹੋਣ। ਪੰਜਾਬ ਗਾਉਂਦੇ ਪੈਗੰਬਰ ਦੀ ਧਰਤੀ ਹੈ, ਗੁਰੂ ਨਾਨਕ ਦੀ ਧਰਤੀ ਆ। ਦੁਨੀਆ ਦਾ ਇੱਕੋ ਇੱਕ ਪੈਗੰਬਰ ਸੀ ਜਿਹੜਾ ਗਾਉਂਦਾ ਵੀ ਸੀ, ਕਵੀ ਵੀ ਸੀ, ਔਰ ਜਿਸਨੇ ਆਪਣੇ ਸ਼ਬਦ ਆਪ ਅੰਕਿਤ ਕੀਤੇ। ਔਰ ਮੈਂ ਆਪਣੀ ਕਿਤਾਬ ਦਾ ਨਾਮ ਸ਼ਬਦ ਤਾਂ ਸਰਜ਼ਮੀਨ ਹੁੰਦਾ, ਪਰ ਮੈਂ ਔਂਕੜ ਲਾ ਕੇ ਉਹਨੂੰ ਸੁਰਜ਼ਮੀਨ ਬਣਾਇਆ ਕਿ ਪੰਜਾਬ ਸਰਜ਼ਮੀਨ ਨਹੀਂ ਹੈ, ਪੰਜਾਬ ਸੁਰਜ਼ਮੀਨ ਆ। ਕਿ ਇਹ ਸੰਗੀਤ ਦੀ ਧਰਤੀ ਆ, ਕਵਿਤਾ ਦੀ ਧਰਤੀ ਆ। ਸੋ ਮੈਂ ਇਹ ਇਸੇ ਪ੍ਰਸੰਗ 'ਚ ਇਹ ਨਜ਼ਮ ਸੁਣਾਈ ਕਿ ਸਿਬੀਆ ਸਾਹਿਬ ਦਾ ਜਿਹੜਾ ਉੱਦਮ ਹੈ ਕਿ ਅਸੀਂ ਪੰਜਾਬ 'ਚ ਨਵੇਂ ਦਰਿਆ ਰਾਗ ਸ਼ਾਇਰੀ ਦੇ ਬਹਾਈਏ, ਉਸੇ ਪ੍ਰਸੰਗ 'ਚ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਅਤੇ ਬਿੱਟੂ ਜੀ ਦਾ ਖਾਸ ਤੌਰ 'ਤੇ, ਜਿਨ੍ਹਾਂ ਨੇ ਮੈਨੂੰ ਸੁਣਨਾ ਪ੍ਰਵਾਨ ਕੀਤਾ। ਜਿਵੇਂ ਕਹਿੰਦਾ ਕਿ ਆਪ ਸੁਣਤੇ ਤੋ ਹਮ ਵੀ ਕੁਛ ਕਹਿਤੇ, ਮੁੱਦਤੇ ਹੋ ਗਈ ਹੈ ਚੁੱਪ ਰਹਿਤੇ। ਕਿਆ ਬਾਤ ਪਾਤਰ ਸਾਹਿਬ, ਤੁਸੀਂ ਜਿਹੜਾ ਸੁਰ ਜ਼ਮੀਨ ਵਾਲੀ ਗੱਲ ਕੀਤੀ, ਬਹੁਤ ਚੰਗਾ ਲੱਗਾ ਮੈਨੂੰ। ਇਸ ਤਰ੍ਹਾਂ ਲੱਗਾ ਕਿ ਤੁਸੀਂ ਆਪ ਇੰਨਾ ਖੂਬਸੂਰਤ ਗਾਉਂਦੇ ਹੋ, ਔਰ ਇਸ ਕਰਕੇ ਵੀ ਉਹ ਨਾਮ ਬੜਾ ਢੁਕਵਾਂ ਲੱਗਦਾ ਕਿ ਸੁਰ ਜ਼ਮੀਨ। ਤੁਸੀਂ ਹੁਣ ਇੱਕ ਬੜਾ ਖੂਬਸੂਰਤ ਕਿੱਸਾ ਸੁਣਾਇਆ ਕਿ ਸਾਹਿਤ ਅਕਾਦਮੀ ਜਿਹੜਾ ਉਹਨਾਂ ਨੇ ਕਿਹਾ ਵੀ ਤੁਹਾਡੀ ਸਿਹਤ 'ਤੇ ਕੁਛ ਨਹੀਂ, ਅਤੇ ਤੁਸੀਂ ਪਿੱਛੇ ਜੇ ਇਹ ਅਵਾਰਡ ਮੋੜ ਵੀ ਦਿੱਤਾ। ਅਤੇ ਇਹ ਮੈਂ ਗੱਲ ਇਸ ਲਈ ਇੱਥੇ ਜ਼ਰੂਰ ਪੁੱਛਣਾ ਚਾਹੁੰਦੀ ਹਾਂ ਕਿ ਪਿਛਲੇ ਕੱਲ੍ਹ ਵੀ ਜਦੋਂ ਇੱਥੇ ਗੱਲਬਾਤ ਹੋ ਰਹੀ ਸੀਗੀ ਅਤੇ ਇਹ ਵਾਰ ਵਾਰ ਇਹ ਜ਼ਿਕਰ ਆਉਂਦਾ ਸੀਗਾ, ਅਤੇ ਥੋੜ੍ਹਾ ਜਿਹਾ ਅਸੀਂ ਤੁਹਾਨੂੰ ਸੁਣਾਂਗੇ ਵੀ, ਅਤੇ ਨਾਲ ਥੋੜ੍ਹੀ ਜਿਹੀ ਇਸ ਗੱਲ ਦਾ ਵੀ ਕਿ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਅਸਹਿਣਸ਼ੀਲਤਾ ਜਿਹੜੀ ਅੱਜ ਆ ਗਈ ਹੈ, ਇੰਨੀ ਫਿਕਰਮੰਦ ਔਰ ਇੰਨੀ ਫਿਕਰ ਵਾਲੀ ਗੱਲ ਹੈ। ਤੁਸੀਂ ਬਹੁਤ ਗੱਲਾਂ ਨੇ ਜਿਹੜੀਆਂ ਤੁਸੀਂ ਮੇਰੇ ਨਾਲੋਂ ਜ਼ਿਆਦਾ ਅੱਛੀ ਤਰ੍ਹਾਂ ਜਾਣਦੇ ਹੋ। ਮੈਂ ਸਿਰਫ ਥੋੜ੍ਹੀ ਜਿਹੀ ਗੱਲ ਤੁਹਾਨੂੰ ਮੈਂ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਸਾਹਿਤ ਅਕੈਡਮੀ ਪੁਰਸਕਾਰ ਮੋੜਨ ਦੀ ਗੱਲ, ਉਹਦੇ ਬਾਰੇ ਮੈਂ ਛੋਟਾ ਜਿਹਾ ਲੇਖ ਵੀ ਪੰਜਾਬੀ ਟ੍ਰਿਬਿਊਨ 'ਚ ਲਿਖਿਆ ਸੀ। ਤੋ ਮੈਂ ਕਿਹਾ ਸੀ ਕਿ ਜਦੋਂ ਮੈਂ ਇਹਨੂੰ ਮਿਲਿਆ ਸੀ ਉਦੋਂ ਵੀ ਮੇਰੀਆਂ ਅੱਖਾਂ ਨਮ ਸੀ ਖੁਸ਼ੀ ਨਾਲ, ਔਰ ਮੈਂ ਬਹੁਤ ਆਪਣੇ ਪੁਰਖਿਆਂ ਅੱਗੇ ਝੁਕਿਆ ਸੀ, ਆਪਣੇ ਮਾਤਾ ਪਿਤਾ ਅੱਗੇ ਝੁਕਿਆ ਸੀ, ਇਸ ਧਰਤੀ ਅੱਗੇ ਝੁਕਿਆ ਸੀ। ਅਤੇ ਜਦੋਂ ਮੈਂ ਉਹਨੂੰ ਮੋੜ ਰਿਹਾ ਸੀ ਉਦੋਂ ਵੀ ਮੇਰੀਆਂ ਅੱਖਾਂ ਨਮ ਸੀ, ਔਰ ਸ਼ਾਇਦ ਉਹ ਕਰੋੜਾਂ ਅੱਖਾਂ ਦੀ ਨਮੀ ਵਿੱਚ ਸ਼ਾਮਿਲ ਹੋਣ ਲਈ। ਸੋ ਵੈਸੇ ਤਾਂ ਯਾਨੀ ਹਮੇਸ਼ਾ ਹੀ ਜਿਸ ਤਰ੍ਹਾਂ ਪੰਜਾਬੀ ਇੱਕ ਨਾਬਰੀ ਦੀ ਜ਼ੁਬਾਨ ਹੈ, ਪੰਜਾਬੀ ਸ਼ਹਿਨਸ਼ਾਹਾਂ ਦੀ ਜ਼ੁਬਾਨ ਨਹੀਂ ਆ, ਦਰਬਾਰੀ ਜ਼ੁਬਾਨ ਨਹੀਂ ਆ, ਇਹ ਸੱਚੇ ਪਾਤਸ਼ਾਹਾਂ ਦੀ ਓਟ 'ਤੇ ਪੜ੍ਹੀ ਆ, ਕਿਸੇ ਬਾਦਸ਼ਾਹ ਵਜ਼ੀਰ ਆਜ਼ਮ ਦੀ ਓਟ 'ਤੇ ਨਹੀਂ ਪੜ੍ਹੀ। ਕਿ ਜੇ ਹੁਣ ਤੱਕ ਇਹ ਜਿਉਂਦੀ ਆ ਤਾਂ ਅਸੀਂ ਇਹ ਕਹਿੰਦੇ ਕਿ ਵੀ ਇਹ ਬਾਬਿਆਂ ਦੇ, ਗੁਰੂ ਸਾਹਿਬਾਨ ਦੇ, ਸੂਫੀਆਂ ਦੇ
ਕਿੱਸਾਕਾਰਾਂ ਦੇ ਉਹਨਾਂ ਦੇ ਜ਼ੋਰ ਨਾਲ ਇਹੋ ਜਿਉਂਦੀ ਆ। ਕਿਸੇ ਸਰਕਾਰ ਦੀ ਸਰਕਾਰ ਨੇ ਇਹਨੂੰ ਉਸ ਤਰ੍ਹਾਂ ਨਹੀਂ ਨਿਵਾਜਿਆ ਕਿ ਇਹ ਉਸ ਕਰਕੇ ਜਿਉਂਦੀ ਹੋਵੇ, ਇਹਦੇ ਸਾਹ ਹੋਰ ਕਿਤੋਂ ਆਉਂਦੇ ਆ। ਤੋ ਸਿਰਫ ਇੰਨੀ ਗੱਲ ਸੀ ਉਦੋਂ ਕਿ ਸਾਹਿਤ ਅਕੈਡਮੀ ਇੱਕ ਬਹੁਤ ਖੁਦਮੁਖਤਿਆਰ ਸੰਸਥਾ, ਇੰਨੀ ਖੁਦਮੁਖਤਿਆਰ ਕਿ ਮੈਂ ਕਦੀ ਕੋਈ ਮਿਨਿਸਟਰ ਉਸ ਅਕੈਡਮੀ 'ਚ ਆਉਂਦਾ ਨਹੀਂ ਸੀ ਦੇਖਿਆ ਆਪਣੀ ਸੁਰਤ ਵਿੱਚ। ਔਰ ਅਕੈਡਮੀ ਦੇ ਕਿਸੇ ਜਿਹੜਾ ਅਵਾਰਡ ਸੈਰੇਮਨੀ ਆ ਉਹਦੇ ਵਿੱਚ ਵੀ ਮਿਨਿਸਟਰ ਨਹੀਂ ਕਦੀ ਆਉਂਦੇ। ਤੋ ਇਸ ਅਕੈਡਮੀ ਨੇ ਪਾਸ਼ ਦੀਆਂ ਕਵਿਤਾਵਾਂ ਵੀ ਛਾਪੀਆਂ, ਜਿਹੜਾ ਕਿ ਵਿਦਰੋਹੀ ਕਵੀ ਸੀ। ਇਹਨੇ ਅਜੀਤ ਕੌਰ ਨੂੰ 85 ਵਿੱਚ ਇਨਾਮ ਦਿੱਤਾ, ਜਦਕਿ 84 'ਚ ਉਹਨੇ ਬਹੁਤ ਬਲੂ ਸਟਾਰ ਆਪਰੇਸ਼ਨ ਦੇ ਖਿਲਾਫ਼ ਲਿਖਿਆ। ਔਰ ਇਸ ਅਕੈਡਮੀ ਨੇ ਹਰਿੰਦਰ ਮਹਿਬੂਬ ਨੂੰ ਅਵਾਰਡ ਦਿੱਤਾ, ਜਿਹੜੇ ਕਿ ਆਪਾਂ ਜਾਣਦੇ ਕਿ ਉਹ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਲਹਿਰ ਨਾਲ ਉਹਨਾਂ ਦਾ ਵਾਬਸਤਾ ਸੀ। ਸੋ ਪਰ ਜਦੋਂ ਹੁਣ ਇੱਦਾਂ ਲੱਗਾ ਕਿ ਕਲਬੁਰਗੀ ਦੀ ਜਦੋਂ ਹੱਤਿਆ ਹੋਈ, ਕਲਬੁਰਗੀ ਅਕੈਡਮੀ ਅਵਾਰਡ ਵਿਨਰ ਸੀ ਔਰ ਕਲਬੁਰਗੀ ਨੂੰ ਮਾਰਿਆ ਵੀ ਇਸ ਲਈ ਗਿਆ ਉਹਦੇ ਵਿਚਾਰਾਂ ਲਈ, ਔਰ ਅਕੈਡਮੀ ਉਹਦੀ ਮੌਤ 'ਤੇ ਲਗਭਗ ਚੁੱਪ ਰਹੀ। ਤੋ ਲੇਖਕਾਂ ਨੇ ਇਸ ਆਸ ਨਾਲ ਕਿ ਸਾਹਿਤ ਅਕੈਡਮੀ ਸਾਡੇ ਦੇਸ਼ ਦੀ ਅੰਤਰਾਤਮਾ ਦੀ ਆਵਾਜ਼ ਬਣੀ ਰਹੇ, ਸੋ ਇੱਕ ਰੋਸੇ ਵਜੋਂ ਪੁਰਸਕਾਰ ਵਾਪਸ ਕੀਤੇ ਸੀ। ਤੋ ਮੈਂ ਸਮਝਦਾ ਕਿ ਬਾਕੀ ਆ ਕਿ ਸਭ ਤੋਂ ਵੱਡਾ ਪੁਰਸਕਾਰ ਕਿਸੇ ਕਵੀ ਲਈ ਇਹੀ ਹੁੰਦਾ ਕਿ ਉਹਦੀ ਕਵਿਤਾ ਉਹਦੇ ਲੋਕਾਂ ਦੇ ਕੰਮ ਆਵੇ, ਉਹਦੀ ਧਰਤੀ ਦੇ ਕੰਮ ਆਵੇ। ਤੋ ਜਦੋਂ ਪਦਮ ਸ਼੍ਰੀ ਅਵਾਰਡ ਵੀ ਮੈਨੂੰ ਮਿਲਿਆ ਤਾਂ ਮੈਂ ਕਿਹਾ ਸੀ ਕਿ ਅੰਬੜੀ ਮੈਨੂੰ ਆਖਣ ਲੱਗੀ ਤੂੰ ਧਰਤੀ ਦਾ ਗੀਤ ਰਹੇਗਾ, ਪਦਮ ਸ਼੍ਰੀ ਹੋ ਕੇ ਵੀ ਪਾਤਰ ਤੂੰ ਮੇਰਾ ਸੁਰਜੀਤ ਰਹੇਗਾ। ਬਿਊਟੀਫੁਲ, ਬਹੁਤ ਬਹੁਤ ਹੀ ਖੂਬਸੂਰਤ। ਹੁਣ ਤੁਸੀਂ ਇਹ ਮਾਂ ਦੀ ਗੱਲ ਕੀਤੀ ਹੈ ਅਤੇ ਮੇਰਾ ਆਪਣਾ ਜੀ ਕਰਦਾ, ਔਰ ਮੈਨੂੰ ਪੱਕਾ ਪਤਾ ਇੱਥੇ ਸਾਰਿਆਂ ਨੂੰ ਤੁਹਾਡੀ ਕਵਿਤਾ ਬਹੁਤ ਬਹੁਤ ਪਸੰਦ ਆਉਣੀ ਹੈ, ਕਿ ਮੈਂ ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ। ਸੋ ਵੈਸੇ ਤਾਂ ਮਾਡਰਨ ਕਵਿਤਾ ਬਾਰੇ ਇਹੀ ਹੈ ਕਿ ਸਾਨੂੰ ਸਮਝ ਨਹੀਂ ਆਉਂਦੀ, ਬਹੁਤ ਲੋਕ ਇੱਦਾਂ ਕਹਿੰਦੇ ਸਾਨੂੰ ਨਹੀਂ ਸਮਝ ਆਉਂਦੀ, ਔਰ ਮੈਂ ਚਾਹੁੰਦਾ ਵੀ ਇੱਦਾਂ ਹੁੰਦਾ ਕਿ ਬਹੁਤਿਆਂ ਨੂੰ ਨਾ ਹੀ ਸਮਝ ਆਵੇ ਤਾਂ ਠੀਕ ਆ, ਖਾਸ ਕਰ ਘਰਦਿਆਂ ਨੂੰ ਨਾ ਹੀ ਸਮਝ ਆਵੇ ਤਾਂ ਠੀਕ ਆ। ਤੋ ਮੈਂ ਲਿਖਿਆ ਵੀ ਸੀ, ਮੈਂ ਕਿਹਾ ਕਿ ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ, ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ 'ਚ ਹਾਂ, ਮੈਂ ਖਿੱਚਿਆ ਤੀਰ ਹਾਂ ਐਪ ਪਰ ਅਜੇ ਕਮਾਨ 'ਚ ਹਾਂ, ਹੈ ਮੇਰੇ ਸੀਨੇ 'ਚ ਕੰਪਨ ਮੈਂ ਇਮਤਿਹਾਨ 'ਚ ਹਾਂ। ਤੋ ਮੇਰੀ ਨਜ਼ਮ ਮੇਰੀਆਂ ਭੈਣਾਂ ਨੂੰ ਵੀ ਇੱਕ ਅੱਧੀ ਮੇਰੀ ਨਜ਼ਮ ਸਮਝ ਆਉਂਦੀ, ਜਿਹੜੀ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜੇ, ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰੇ, ਬਾਕੀ ਨਜ਼ਮਾਂ ਉਹਨਾਂ ਨੂੰ ਕਦੀ ਸਮਝ ਨਹੀਂ ਆਈਆਂ। ਤੋ ਇਹ 'ਚ ਇਸ ਨਜ਼ਮ 'ਚ ਇੱਦਾਂ ਕਿ ਮੈਂ ਕਿਉਂ ਕਹਿੰਦਾ ਇੱਦਾਂ ਕਿ ਅਸਲ 'ਚ ਜਿਹੜੇ ਤੁਹਾਡੇ ਆਪਣੇ ਹੁੰਦੇ ਨਾ ਬਹੁਤ ਆਪਣੇ, ਉਹ ਤੁਹਾਡੀ ਨਜ਼ਮ ਨੂੰ ਬਹੁਤ ਨਿੱਜੀ ਤਰ੍ਹਾਂ ਲੈਣ ਲੱਗ ਪੈਂਦੇ ਆ। ਜਦੋਂ ਮੈਂ ਮੇਰੀ ਹਵਾ ਲਿਖਿਆ ਛਪੀ ਕਿਤਾਬ 'ਤੇ ਮੈਂ ਇੱਕ ਦੁਪਹਿਰ ਨੂੰ ਯੂਨੀਵਰਸਿਟੀ ਤੋਂ ਘਰ ਆਇਆ ਅਤੇ ਮੇਰੀ ਵਾਈਫ ਨਾਲੇ ਕਿਤਾਬ ਪੜ੍ਹੀ ਜਾਵੇ ਨਾਲੇ ਰੋਈ ਜਾਵੇ, ਅਤੇ ਮੈਂ ਕਿਹਾ ਕੀ ਤੂੰ ਪੜ੍ਹ ਲਿਆ, ਕਿ ਤੂੰ ਆਹ ਕੀ ਲਿਖਿਆ ਕਿ ਵੀ ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ ਮੈਂ ਪਾਣੀ 'ਤੇ ਲੀਕ ਹਾਂ। ਮੈਂ ਕਿਹਾ ਸ਼ਾਇਰ ਬਹੁਤ ਝੂਠ ਤੂਫਾਨ ਬੋਲਦੇ ਹੁੰਦੇ, ਮੈਂ ਬਹੁਤ ਦੇਰ ਤੱਕ ਅਜੇ ਰਹਿਣਾ, ਅਤੇ ਉਹ ਤੋਂ ਬਾਅਦ ਅਜੇ ਤੱਕ ਮੈਂ ਜਾਣੀ 40 ਸਾਲ ਜਿੰਦਾ, ਪਰ ਉਹ ਲੱਗਾ ਵੀ ਆਉਣ ਸ਼ਾਇਦ। ਸੋ ਜਿਹੜੇ ਘਰਦੇ ਹੁੰਦੇ ਉਹ ਕਵਿਤਾ ਨੂੰ ਬਹੁਤ ਨਿੱਜੀ ਤੌਰ 'ਤੇ ਲੈਂਦੇ ਆ। ਤੋ ਇਹ ਮੇਰੀ ਕਵਿਤਾ ਹੈ ਕਿ ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ ਭਾਵੇਂ ਮੇਰੀ ਮਾਂ ਬੋਲੀ ਵਿੱਚ ਲਿਖੀ ਹੋਈ ਸੀ। ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ ਭਾਵੇਂ ਮੇਰੀ ਮਾਂ ਬੋਲੀ ਵਿੱਚ ਲਿਖੀ ਹੋਈ ਸੀ, ਉਹ ਤਾਂ ਕੇਵਲ ਇੰਨਾ ਸਮਝੀ ਪੁੱਤ ਦੀ ਰੂਹ ਨੂੰ ਦੁੱਖ ਹੈ ਕੋਈ, ਉਹ ਤਾਂ ਕੇਵਲ ਇੰਨਾ ਸਮਝੀ ਪੁੱਤ ਦੀ ਰੂਹ ਨੂੰ ਦੁੱਖ ਹੈ ਕੋਈ, ਪਰ ਇਸ ਦਾ ਦੁੱਖ ਮੇਰੇ ਹੁੰਦਿਆਂ ਆਇਆ ਕਿੱਥੋਂ, ਨੀਝ ਲਗਾ ਕੇ ਦੇਖੀ ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ, ਦੇਖੋ ਲੋਕੋ ਕੁੱਖੋਂ ਜਾਏ ਮਾਂ ਨੂੰ ਛੱਡ ਕੇ ਦੁੱਖ ਕਾਗਤਾਂ ਨੂੰ ਦੱਸਦੇ ਨੇ, ਦੇਖੋ ਲੋਕੋ ਕੁੱਖੋਂ ਜਾਏ ਮਾਂ ਨੂੰ ਛੱਡ ਕੇ ਦੁੱਖ ਕਾਗਜ਼ਾਂ ਨੂੰ ਦੱਸਦੇ ਨੇ, ਮੇਰੀ ਮਾਂ ਨੇ ਕਾਗਜ਼ ਚੁੱਕ ਸੀਨੇ ਨੂੰ ਲਾਇਆ, ਖਬਰੇ ਇੱਦਾਂ ਹੀ ਕੁਛ ਮੇਰੇ ਨੇੜੇ ਹੋਵੇ ਮੇਰਾ ਜਾਇਆ, ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ ਭਾਵੇਂ ਮੇਰੀ ਮਾਂ ਬੋਲੀ ਵਿੱਚ ਲਿਖੀ ਹੋਈ ਸੀ। ਤੋ ਮੈਂ ਸਮਝਦਾ ਕਿ ਸ਼ਾਇਦ ਸਭ ਤੋਂ ਵੱਧ ਮਾਂ ਨੂੰ ਹੀ ਸਮਝ ਆਈ, ਕਿ ਪਰ ਇਹ ਕਿ ਉਹ ਕਵਿਤਾ ਨੂੰ ਬਹੁਤ ਇੱਕ ਆਪਣੇ ਨਿੱਜ ਤੱਕ ਲੈ ਜਾਂਦੇ ਆ।
ਤੋ ਇਸ ਲਈ ਮੈਂ ਸ਼ੁਰੂ 'ਚ ਕਿਹਾ ਸੀ ਕਿ ਘਰਦਿਆਂ ਨੂੰ ਨਜ਼ਮ ਸਮਝ ਨਹੀਂ ਆਉਣੀ ਚਾਹੀਦੀ। ਨਹੀਂ, ਪਾਠਕਾਂ ਦਾ ਵੀ ਇਹੀ ਹਾਲ ਹੁੰਦਾ, ਕਈ ਪਾਠਕ ਵੀ ਬਹੁਤ ਕੁਛ ਸੋਚਦੇ ਨੇ ਔਰ ਘਰਦਿਆਂ ਦਾ ਇਹ ਸੋਚਣਾ ਸ਼ਾਇਦ ਲਾਜ਼ਮੀ ਵੀ ਹੈ ਔਰ ਬੜਾ ਇੱਕ ਨੋਰਮਲ ਗੱਲ ਹੈ ਇਸ ਤਰੀਕੇ ਦੇ ਨਾਲ ਸੋਚ ਲੈਣਾ। ਮਾਂ ਬੋਲੀ ਦੀ ਗੱਲ ਹੋ ਰਹੀ ਹੈ, ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿ ਜਿਹੜੀ ਮਾਂ ਬੋਲੀ ਦੀ ਵੀ ਕੋਈ ਬੜੀ ਵਧੀਆ ਹਾਲਤ ਨਹੀਂ ਹੈ। ਮਾਂ ਬੋਲੀ ਵੀ ਕਿਤੇ ਗੁਆਚੀ ਫਿਰਦੀ ਹੈ ਔਰ ਮਾਂ ਬੋਲੀ ਦਾ ਜਿਹੜਾ ਹਾਲ ਹੈ ਉਹ ਬੇਹਾਲ ਹੀ ਹੈ। ਪੰਜਾਬੀ ਬੋਲਣਾ, ਪੰਜਾਬੀ ਸੁਣਨਾ, ਔਰ ਕਦੀ ਕਦੀ ਮੈਨੂੰ ਇੱਦਾਂ ਵੀ ਮਹਿਸੂਸ ਹੁੰਦਾ ਹੈ ਕਿ ਕਈ ਲੋਕ ਨਾ ਬੜੇ ਫਖਰ ਨਾਲ ਕਹਿੰਦੇ ਆ, ਆਈ ਡੋਂਟ ਨੋ ਪੰਜਾਬੀ, ਆਈ ਕਾਂਟ ਰਾਈਟ ਪੰਜਾਬੀ। ਸਰ, ਮੈਨੂੰ ਲੱਗਦਾ ਹੈ ਕੋਈ ਟਰੋਫੀਆਂ ਨਹੀਂ ਜਿਹੜੀਆਂ ਤੁਸੀਂ ਵਾਰੀ ਵਾਰੀ ਮੈਨੂੰ ਦਿਖਾਈ ਜਾਂਦੇ ਹੋ ਵੀ ਮੈਂ ਲਿਖ ਵੀ ਨਹੀਂ ਸਕਦੀ, ਮੈਂ ਪੜ੍ਹ ਵੀ ਨਹੀਂ ਸਕਦੀ ਅਤੇ ਮੈਂ ਬੋਲ ਵੀ ਨਹੀਂ ਸਕਦੀ। ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮਾਂ ਬੋਲੀ ਦਾ ਅਸੀਂ ਇਹਨੂੰ ਕਿਵੇਂ ਬਚਾ ਲਈਏ, ਇਹਨੂੰ ਕਿੱਦਾਂ ਅਸੀਂ ਇਹਨੂੰ ਮਤਲਬ ਜੋ ਮਾਂ ਬੋਲੀ ਜਿਹੜੀ ਹੈ ਉਹਨੂੰ ਕਿੱਦਾਂ ਅਸੀਂ ਆਪਣੇ ਨਾਲ ਜੋੜੀਏ, ਫਿਊਚਰ ਜਨਰੇਸ਼ਨ ਨੂੰ ਵੀ ਜੋੜੀਏ? ਮੈਂ ਇੱਕ ਵਾਰੀ 8-13 ਗਿਣੀਆਂ ਸੀ ਕਿ ਜਿਹੜੀਆਂ ਕਿਸੇ ਬੋਲੀ ਨੂੰ ਬਚਾ ਸਕਦੀਆਂ। ਹੁਣ ਸ਼ਾਇਦ ਮੈਨੂੰ 8 ਸ਼ਾਇਦ ਨਾ ਯਾਦ ਆਉਣ, ਲੇਕਿਨ ਮੈਂ ਕਿਹਾ ਸੀ ਕਿ ਲੇਖਕ ਨੇ, ਲੇਖਕ ਮੈਂ ਤਾਂ ਪਹਿਲਾਂ ਕਹਿ ਰਿਹਾ ਕਿ ਜੇ ਹੁਣ ਤੱਕ ਜ਼ਿੰਦਾ ਤਾਂ ਲੇਖਕਾਂ ਦੇ ਸਿਰ 'ਤੇ ਨੇ ਕਿ ਉਹ ਉਹਨਾਂ ਨੂੰ ਪੜ੍ਹਦੇ, ਲੋਕ ਸ਼ਿਵ ਕੁਮਾਰ ਨੂੰ ਪੜ੍ਹਨ ਲਈ ਪੰਜਾਬੀ ਸਿੱਖਦੇ ਆ ਜਾਂ ਲੋਕ ਬੁੱਲੇ ਸ਼ਾਹ ਨੂੰ ਪੜ੍ਹਨ ਲਈ ਪੰਜਾਬੀ ਸਿੱਖਦੇ ਆ। ਤੋ ਲੇਖਕ ਹੈ, ਲੋਕ ਨੇ, ਸਰਕਾਰ ਹੈ, ਵਿੱਦਿਅਕ ਸੰਸਥਾਵਾਂ ਨੇ, ਧਰਮ ਹੈ, ਮੀਡੀਆ, ਪ੍ਰਕਾਸ਼ਕ ਨੇ। ਸੋ ਇਸ ਤਰ੍ਹਾਂ ਇਹ ਸਾਰੀਆਂ ਧਿਰਾਂ ਇਹਨੂੰ ਰਲ ਕੇ ਹੀ ਬਚਾ ਸਕਦੀਆਂ ਮੈਂ ਸਮਝਦਾ। ਕਿ ਦੂਜੀ ਇਹ ਗੱਲ ਆ ਕਿ ਚਲੋ ਸਰਕਾਰ ਦੀ ਗੱਲ ਤਾਂ ਮੈਂ ਜਿਵੇਂ ਪਹਿਲਾਂ ਕਹਿ ਚੁੱਕਾ ਕਿ ਭਈ ਇਸ ਬੋਲੀ ਜਿਹਨੂੰ ਇਹਨੂੰ ਮੈਂ ਨਾਬਰੀ ਦੀ ਬੋਲੀ ਸਮਝਦਾ ਕਿ ਉਹ ਨਾਬਰਾਂ ਦੀ, ਇਹ ਬੁੱਲਿਆਂ ਅਤੇ ਦੁੱਲਿਆਂ ਦੀ ਬੋਲੀ ਰਹੀ ਆ, ਹੁਣ ਤੱਕ ਜਿਉਂਦੀ ਰਹੀ ਆ। ਤੋ ਇਸ ਯੁੱਗ ਵਿੱਚ, ਨਵੇਂ ਯੁੱਗ 'ਚ ਆ ਕੇ, ਤੋ ਇੱਕ ਤਾਂ ਜਦੋਂ ਅਸੀਂ ਕਹਿੰਦੇ ਕਿ ਇਹਨੂੰ ਇਹਦੇ ਨਾਲ ਆਰਥਿਕਤਾ ਜੁੜੇ, ਰੋਜ਼ੀ ਰੋਟੀ ਦੀ ਗੱਲ ਜੁੜੇ ਤਾਂ ਬੰਦੇ ਪੜ੍ਹਨਗੇ, ਜਾਂ ਇਹੋ ਇੰਨੀ ਸੋਹਣੀ ਮਿੱਠੀ ਹੋਵੇ ਕਿ ਬੰਦੇ ਲੱਭ ਲੱਭ ਇਹਦੀਆਂ ਕਿਤਾਬਾਂ ਨੂੰ ਪੜ੍ਹਨ। ਸੋ ਕੁਛ ਖੇਤਰ ਨੇ ਜਿਨ੍ਹਾਂ 'ਚ ਸਾਡੇ ਕੋਲ ਸਾਹਿਤ ਨਹੀਂ ਹੈਗਾ ਬਿਲਕੁਲ। ਜਿਵੇਂ ਮਿਸਾਲ ਦੇ ਤੌਰ 'ਤੇ ਮੈਂ ਕਹਿੰਦਾ ਕਿ ਸਾਡੇ ਕੋਲ ਅਡੋਲੈਸੈਂਟ ਜਿਹੜੇ ਸਾਡੇ ਰੀਡਰ, ਉਹਨਾਂ ਲਈ ਕੋਈ ਲਿਟਰੇਚਰ ਨਹੀਂ ਹੈਗਾ, ਸਾਡੇ ਕੋਲ ਉਸ ਅੱਲੜ ਉਮਰ ਦੇ ਬੱਚਿਆਂ ਲਈ ਕੋਈ ਸਾਹਿਤ ਨਹੀਂ। ਗੁਰਬਖਸ਼ ਸਿੰਘ ਦਾ ਸਾਹਿਤ ਸੀ ਉਸ ਟਾਈਮ 'ਚ, ਲੇਕਿਨ ਹੁਣ ਉਹ ਸ਼ਾਇਦ ਉਸ ਤਰ੍ਹਾਂ ਰੈਲੇਵੈਂਟ ਨਹੀਂ। ਇਸ ਤਰ੍ਹਾਂ ਬੱਚਿਆਂ ਲਈ ਤਜਿੰਦਰ ਬੈਠੇ ਆ, ਹਰਜੀਤ ਬੈਠੇ, ਜਿਹੜੇ ਜਿਹਨਾਂ ਨੇ ਬੱਚਿਆਂ ਲਈ ਬਹੁਤ ਸੋਹਣਾ ਲਿਖਿਆ ਵੀ ਆ, ਸੋਹਣੀ ਚੀਜ਼ਾਂ ਪ੍ਰੋਡਿਊਸ ਕੀਤੀਆਂ। ਸੋ ਸਾਡੇ ਬੱਚਿਆਂ ਲਈ ਕੁਛ ਨਹੀਂ ਕਿ ਸਾਡੇ ਕੋਲ ਉਹ ਜਿਹੀਆਂ ਪੰਜਾਬੀ 'ਚ ਬਾਲ ਗੀਤ, ਨਰਸਰੀ ਗੀਤ ਉਹੋ ਜਿਹੇ ਹੈ ਨਹੀਂ ਜਿਹੜੇ ਬੱਚਿਆਂ ਦੇ ਮੂੰਹ 'ਤੇ, ਜ਼ੁਬਾਨ 'ਤੇ ਚੜ੍ਹਨ। ਸੋ ਇਹ ਵੀ ਇੱਕ ਲੰਮੀ ਕਥਾ ਆ ਬਹੁਤ। ਬਾਕੀ ਆ ਕਿ ਵਿੱਦਿਅਕ ਸੰਸਥਾਵਾਂ ਦਾ ਬਹੁਤ ਵੱਡਾ ਰੋਲ ਹੋ ਸਕਦਾ। ਮੈਂ ਤੁਹਾਨੂੰ ਛੋਟੀ ਜਿਹੀ ਇੱਕ ਮੈਂ ਕਵਿਤਾ ਲਿਖੀ ਸੀ ਕਿ ਸਭ ਚੀ ਚੀ ਕਰਦੀਆਂ ਚਿੜੀਆਂ ਦਾ, ਸਭ ਕਲ ਕਲ ਕਰਦੀਆਂ ਨਦੀਆਂ ਦਾ, ਸਭ ਸਾਂਸਾਂ ਕਰਦੇ ਬਿਰਖਾਂ ਦਾ, ਆਪਣਾ ਹੀ ਤਰਾਨਾ ਹੁੰਦਾ ਹੈ, ਪਰ ਸੁਣਿਆ ਹੈ ਇਸ ਧਰਤੀ 'ਤੇ ਇੱਕ ਉਹ ਵੀ ਦੇਸ਼ ਹੈ ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ ਜੁਰਮਾਨਾ ਹੁੰਦਾ ਹੈ। ਕਿ ਇਹ ਧਰਤੀ ਸਾਡੀ ਆ ਜਿੱਥੇ ਅਸੀਂ ਬੱਚਿਆਂ ਦੇ ਮਨ 'ਚ ਇੰਨੀ ਹੀਣ ਭਾਵਨਾ ਪਾ ਰਹੇ ਹਾਂ ਕਿ ਬਸ ਆਪਣੀ ਬੋਲੀ ਨਹੀਂ ਬੋਲਣੀ, ਹੋਰ ਜਿਹੜੀ ਮਰਜ਼ੀ ਤੁਸੀਂ ਅੰਗਰੇਜ਼ੀ ਬੋਲੀ ਜਾਓ, ਹਿੰਦੀ ਬੋਲੀ ਜਾਓ, ਕਿ ਅਸੀਂ ਜਿਹੜੇ ਆਪਣੇ ਬੱਚਿਆਂ ਦੇ ਮਨ 'ਚ ਇੰਨੀ ਹੀਣਤਾ ਦੀ ਭਾਵਨਾ ਪਾ ਰਹੇ ਹਾਂ ਕਿ ਜਿਹੜੀ ਜੋ ਸਾਡੀ ਜੋ ਅਸੀਂ ਕੁਦਰਤੀ ਜੋ ਅਸੀਂ ਸੁਭਾਵਕ ਹਾਂ ਉਹ ਬਹੁਤ ਨਿੰਦਣ ਜੋਗਾ। ਅਸੀਂ ਕਹਿੰਦੇ ਕਿ ਸੁਭਾਵਕ ਨਾ ਰਹੋ, ਆਪਣਾ ਆਪ ਨਾ ਬਣੋ, ਜਦੋਂ ਤੁਸੀਂ ਆਪਣਾ ਆਪ ਬਣੋਗੇ ਤੁਹਾਨੂੰ ਜੁਰਮਾਨਾ ਹੋਊਗਾ। ਸੋ ਇਹ ਵਿੱਦਿਅਕ ਸੰਸਥਾਵਾਂ ਦੇ ਹੱਥ 'ਚ ਬਹੁਤ ਬਹੁਤ ਕੁਛ ਹੈ, ਸਰਕਾਰ ਦੇ ਹੱਥ 'ਚ ਬਹੁਤ ਕੁਛ ਹੈ, ਸਾਡੇ ਲੋਕਾਂ ਦੇ ਹੱਥ 'ਚ ਬਹੁਤ ਕੁਛ ਹੈ। ਕਿ ਸਾਡੀਆਂ ਚਲੋ ਸੜਕਾਂ ਉੱਪਰ ਤਾਂ ਸਰਕਾਰ ਨੇ ਲਿਖਣਾ, ਲੇਕਿਨ ਆਪਣੇ ਘਰਾਂ ਦੇ ਬੂਹਿਆਂ 'ਤੇ ਤਾਂ ਅਸੀਂ ਨਾਮ ਲਿਖਣੇ ਆ ਨਾ, ਅਸੀਂ ਉਹ ਵੀ ਪੰਜਾਬੀ 'ਚ ਨਹੀਂ ਲਿਖਦੇ, ਜਾਂ ਅਸੀਂ ਵਿਆਹਾਂ ਦੇ ਕਾਰਡ ਵੀ ਪੰਜਾਬੀ ਦਾ ਕੋਈ ਅੱਖਰ ਉੱਤੇ ਪੰਜਾਬੀ 'ਚ ਨਹੀਂ ਅਸੀਂ ਛਾਪਣਾ ਚਾਹੁੰਦੇ। ਸੋ ਇਹ ਸਾਰੀਆਂ ਗੱਲਾਂ ਲੋਕ ਹੀਬਰੂ ਉਹਨਾਂ ਨੇ ਮੁੜ ਕੇ ਜ਼ਿੰਦਾ ਕਰ ਲਈ ਹੈ, ਜਿਨ੍ਹਾਂ 'ਚ ਦਮ ਸੀਗਾ ਕਿ ਇੱਕ ਵਾਰੀ ਮਰ ਗਈ ਸੀ ਉਹਨੂੰ ਮੁੜ ਕੇ ਉਹਨਾਂ ਨੇ ਜਿਉਂਦੀ ਕਰ ਲਿਆ। ਅਸੀਂ ਜਿਉਂਦੀ ਨੂੰ ਵੀ ਨਹੀਂ ਬਚਾ ਸਕਦੇ। ਸੋ ਇਹ ਸਾਡੇ ਸਾਡੀ ਸਰਕਾਰ ਲਈ ਵੀ ਸਾਡੇ ਖੁਦ ਲਈ ਵੀ ਮੇਰੇ ਖਿਆਲ 'ਚ ਨਮੋਸ਼ੀ ਵਾਲੀ ਗੱਲ ਹੈ। ਉਂਝ ਜੇ ਆ ਕਿ ਮੈਂ ਇੱਦਾਂ ਕਦੀ ਨਹੀਂ ਮੰਨਦਾ ਕਿ ਪੰਜਾਬੀ ਜ਼ੁਬਾਨ ਖਤਮ ਹੋ ਜੂਗੀ, ਕਦੀ ਪੰਜਾਬੀ
मर जाओगी, क्योंकि जदों मरण लई खतरे पैदा हुंदे आ तो उदों मारन हार हालतां दा टाकरा करन लई बंदियां अंदरों शक्ति भी पैदा हुंदी आ। सो मैनूं ये पक्की उम्मीद आ कि साडे अंदरों वो शक्ति पैदा होगी कि असीं अपनी जुबान नूं रस नाल, मुहब्बत नाल, राग नाल भर देंगे और ये दुनिया दी दियां शानदार जुबानां विच शामिल होवेगी, असीं अपने अपना लहू इहदे च पावांगे। ਮੈਨੂੰ ਇੱਥੇ ਇੱਕ ਬੜੀ ਇੱਕ ਖੂਬਸੂਰਤ ਦੋ ਲਾਈਨਾਂ ਯਾਦ ਆਈਆਂ ਨੇ। ਗੁਰਦਾਸ ਮਾਨ ਨੇ ਲਿਖਿਆ ਸੀ ਕਿ ਪੰਜਾਬੀ ਇਹ ਜ਼ੁਬਾਨੇ ਨਹੀਂ, ਰਕਾਨੇ ਮੇਰੇ ਦੇਸ਼ ਦੀ ਹੈ, ਲੁੱਟ ਲਿਆ ਕਿੰਨੇ ਤੇਰਾ ਸ਼ਿੰਗਾਰ, ਬੁੱਲੇ ਦੀ ਇਹ ਕਾਫੀ ਇੰਨੀ ਮੀਡੀਆਂ ਖਿਲਾਰੀ ਫਿਰੇ। ਮੈਨੂੰ ਲੱਗਦਾ ਜੋ ਮੈਂ ਸਮਝਿਆ, ਬਹੁਤ ਸਾਰੀਆਂ ਕਵਿਤਾਵਾਂ ਦਾ, ਬਹੁਤ ਸਾਰੀਆਂ ਚੀਜ਼ਾਂ ਦਾ ਅਸੀਂ ਅਨੁਵਾਦ ਕਰ ਦਿੰਦੇ ਹਾਂ। ਸੋ ਜਦੋਂ ਨੈਚੁਰਲੀ ਜਦੋਂ ਤੁਹਾਨੂੰ ਇੱਕ ਚੀਜ਼ ਦੀ ਜਿਹੜੀ ਤੰਗ ਹੈ ਕਿ ਤੁਸੀਂ ਪੰਜਾਬੀ ਪੜ੍ਹਨੀ ਹੈ, ਪਰ ਜਦੋਂ ਤੁਹਾਨੂੰ ਹਿੰਦੀ 'ਚ ਵੀ ਮਿਲਦੀ ਹੈ, ਅੰਗਰੇਜ਼ੀ 'ਚ ਵੀ ਮਿਲਦੀ ਹੈ, ਉਰਦੂ 'ਚ ਵੀ ਮਿਲ ਜਾਂਦੀ ਹੈ, ਤਾਂ ਤੁਸੀਂ ਉਹ ਸੌਖਾ ਜਿਹਾ ਰਸਤਾ ਲੱਭ ਲੈਂਦੇ ਹੋ ਕਿ ਉਹਦਾ ਅਨੁਵਾਦ ਜਿਹੜਾ ਸਾਨੂੰ ਮਿਲ ਜਾਂਦਾ। ਪਰ ਇੱਥੇ ਮੈਂ ਅਸੀਂ ਜਿਹੜਾ ਇੱਕ ਫੈਸਟੀਵਲ ਕਰ ਰਹੇ ਹਾਂ, ਮੇਰਾ ਜੀ ਕਰਦਾ ਕਿ ਇੱਕ ਵਾਰੀ ਜਿਹੜੇ ਇੱਥੇ ਹੀ ਲੋਕ ਬੈਠੇ ਨੇ, ਇੱਕ ਵਾਰੀ ਆਪਣੇ ਮਨ 'ਚ ਹੀ ਫੈਸਲਾ ਕਰ ਲੈਣ ਕਿ ਜਿਹੜੇ ਲੇਖਕ ਨੇ ਜਿਹੜੀ ਭਾਸ਼ਾ 'ਚ ਜੇ ਲਿਖਿਆ, ਜੇ ਪੰਜਾਬੀ 'ਚ ਲਿਖਿਆ, ਤਾਂ ਪਲੀਜ਼ ਉਹਦੀਆਂ ਟਰਾਂਸਲੇਸ਼ਨਸ ਨਾ ਲੱਭਣ ਜਾਓ, ਜਾਂ ਲੱਭ ਲਓ ਪਰ ਫਿਰ ਵੀ ਉਹਨੂੰ ਇੱਕ ਵਾਰੀ ਪੰਜਾਬੀ ਦੇ ਵਿੱਚ ਪੜ੍ਹਨ ਦੀ ਕੋਸ਼ਿਸ਼ ਤਾਂ ਕਰੋ, ਉਹਦਾ ਸਵਾਦ ਬਿਲਕੁਲ ਅਲੱਗ ਹੋਵੇਗਾ। ਅਤੇ ਇੱਕ ਵਾਰੀ ਮਾਂ ਬੋਲੀ ਦੀ ਤਾਲੀ ਵੀ ਮਾਰ ਦਿਓ ਔਰ ਇਸ ਚੀਜ਼ ਨੂੰ ਇਹ ਜ਼ਰੂਰ ਆਪਣੇ ਆਪ ਦੇ ਵਿੱਚ ਸੋਕੋ। ਔਰ ਪੰਜਾਬੀ ਬੋਲੀ ਤਾਂ ਬਹੁਤ ਸੌਖੀ ਹੈ, ਕਹਿੰਦੇ ਜਿਵੇਂ ਬੋਲੀਏ ਅਤੇ ਤਿਵੇਂ ਲਿਖੀਏ, ਪਰ ਇਹ ਬਹੁਤ ਜ਼ਰੂਰੀ ਹੈ। ਪਰ ਅਸੀਂ ਇੱਥੇ ਅੱਜ ਦੀ ਸ਼ਾਮ ਪਾਤਰ ਸਾਹਿਬ ਨੂੰ ਸੁਣਨ ਵਾਸਤੇ ਆਏ ਹਾਂ, ਅਤੇ ਇਸ ਪਾਸੇ ਵੱਲ ਨੂੰ ਗੱਲ ਨਹੀਂ ਲਿਜਾਣੀ ਮੈਂ ਚਾਹੁੰਦੀ। ਅਤੇ ਮੈਂ ਚਾਹੁੰਦੀ ਹਾਂ ਕਿ ਪਾਤਰ ਸਾਹਿਬ, ਕੋਈ ਪੰਜਾਬ ਦੀ ਗੱਲ ਹੋ ਰਹੀ ਹੈ, ਪੰਜਾਬ ਦੇ ਵਿੱਚ ਅਸੀਂ ਬੈਠੇ ਹਾਂ, ਤੁਹਾਡੀਆਂ ਪੰਜਾਬ ਦੇ ਉੱਪਰ ਬਹੁਤ ਖੂਬਸੂਰਤ ਪੋਇਮਸ ਨੇ ਔਰ ਖਾਸ ਕਰਕੇ ਮੈਨੂੰ ਤਾਂ ਬਹੁਤ ਚੰਗੀ ਲੱਗਦੀ ਹੈ ਕਿ ਕੌੜੀਆਂ ਮਿਰਚਾਂ ਵਾਰੋ, ਮਿਰਚਾਂ ਵਾਰ ਕੇ ਫਿਰ ਅੱਗ ਵਿੱਚ ਸਾੜੋ। ਸੋ ਮੈਂ ਚਾਹਾਂਗੀ ਕਿ ਸਾਡੇ ਦਰਸ਼ਕਾਂ ਨੂੰ, ਉਹਨਾਂ ਨੇ ਜ਼ਰੂਰ ਪੜ੍ਹੀ ਹੋਣੀ ਹੈ, ਪਰ ਜਦੋਂ ਤੁਹਾਡੇ ਮੂੰਹੋਂ ਸੁਣਨਗੇ ਤਾਂ ਉਹਦਾ ਇੱਕ ਲੁਤਫ ਇੱਕ ਅਲੱਗ ਹੋਏਗਾ। ਪੰਜਾਬ ਲਈ ਮੈਂ ਬਹੁਤ ਨਜ਼ਮਾਂ ਲਿਖੀਆਂ, ਮੇਰੀ ਕਵਿਤਾ ਦੀ ਇੱਕ ਧਾਰਾ ਪੂਰੀ ਪੰਜਾਬ ਦੀ ਧਾਰਾ ਹੀ ਆ। ਸੋ ਲਿਖੀਆਂ ਸ਼ਾਇਦ ਨਹੀਂ ਕਹਿਣਾ ਚਾਹੀਦਾ, ਜਿਸ ਤਰ੍ਹਾਂ ਸਿਧਾਰਥ ਜੀ ਵੀ ਕਹਿ ਰਹੇ ਸੀਗੇ ਕਿ ਕਵਿਤਾ ਇੱਦਾਂ ਹੀ ਆ ਕਿ ਮੈਨੂੰ ਯਾਦ ਹੈ ਕਿ ਮੈਂ ਇੱਕ ਵਕਤ ਬਚਪਨ 'ਚ ਮੈਂ ਕਵੀ ਬਣਨ ਦੀ ਮੇਰੇ ਮਨ 'ਚ ਬਹੁਤ ਕਿ ਮੈਂ ਜਾਂ ਕਵੀ ਬਣਾਂ ਜਾਂ ਮੈਂ ਸੰਗੀਤਕਾਰ ਬਣਾਂ। ਤਾਂ ਮੈਂ ਘਰਦਿਆਂ ਨੂੰ ਕਹਿਣਾ ਮੈਨੂੰ ਹਾਰਮੋਨੀਅਮ ਲਿਆ ਦਿਓ, ਮੈਨੂੰ ਸਾਰੰਗੀ ਲਿਆ ਦਿਓ, ਉਹਨਾਂ ਕਹਿਣਾ ਜਰਾ ਵੱਡਾ ਹੋ ਜਾ ਫਿਰ ਲਿਆ, ਔਰ ਮੈਂ ਵੱਡਾ ਕਦੀ ਹੋਇਆ ਨਹੀਂ। ਸੋ ਉਹ ਮੇਰੇ ਲਈ ਕਦੀ ਆਈਆਂ ਨਹੀਂ, ਮੈਂ ਔਰ ਕਵੀ ਬਣਨਾ ਕਵੀ ਬਣਨ ਦੀ ਮੈਂ ਕੋਸ਼ਿਸ਼ ਕਰਦਾ ਰਿਹਾ, ਉਹ ਸੌਖਾ ਸੀ, ਕਾਗਜ਼ ਕਲਮ ਲਓ ਅਤੇ ਕਵੀ ਬਣ ਜਾਓ। ਅਤੇ ਮੈਂ ਲੱਗਦਾ ਕਿ ਮੈਂ ਜਿਵੇਂ ਬਚਪਨ 'ਚ ਖੂਹ ਪੱਟਣ ਲੱਗ ਪਿਆ ਔਰ ਬਹੁਤ ਸਾਲ ਮਿੱਟੀ ਆਉਂਦੀ ਰਹੀ, ਫਿਰ ਮਿੱਟੀ ਆਉਂਦੀ ਰਹੀ, ਫਿਰ ਮਿੱਟੀ, ਫਿਰ ਗਿੱਲੀ ਮਿੱਟੀ ਆਈ, ਫਿਰ ਪਾਂਡੋ ਮਿੱਟੀ ਉਹਨਾਂ ਨੇ ਕਿਹਾ ਆ ਗਈ, ਫਿਰ ਜਾ ਕੇ ਥੱਲਿਓਂ ਕਿਤੇ ਮੈਂ ਜਦੋਂ ਮੈਂ ਕਾਲਜ 'ਚ ਹੋਇਆ ਤਾਂ ਮੈਂ ਦੇਖਿਆ ਕਿ ਪਾਣੀ ਆ ਗਿਆ ਉਸ ਖੂਹ 'ਚੋਂ, ਪਾਣੀ ਉਹਦੇ ਵਿੱਚੋਂ ਨਿਕਲ ਆਇਆ। ਅਤੇ ਉਹ ਤੋਂ ਬਾਅਦ ਮੈਂ ਇੱਦਾਂ ਮਹਿਸੂਸ ਕੀਤਾ ਕਿ ਕਵਿਤਾ ਜਿਵੇਂ ਮੇਰੇ ਨਾਲ ਰਹੀ ਆ, ਕਿ ਮੈਂ ਜਦੋਂ ਵੀ ਆਹਤ ਹੋਇਆ, ਜਦੋਂ ਮੈਂ ਜ਼ਖਮੀ ਹੋਇਆ, ਜਦੋਂ ਵੀ ਮੈਨੂੰ ਕੁਛ ਮਹਿਸੂਸ ਹੋਇਆ, ਮੈਂ ਕਿਤੇ ਹੋਰ ਨਹੀਂ ਗਿਆ, ਮੈਂ ਆਪਣੀ ਕਵਿਤਾ ਦੇ ਦਰ 'ਤੇ ਗਿਆ, ਆਪਣੀ ਭਾਸ਼ਾ ਦੇ ਦਰ 'ਤੇ ਗਿਆ। ਤਾਂ ਮੈਂ ਕਦੀ ਲਿਖਿਆ ਸੀ ਕਿ ਸੰਤਾਪ ਨੂੰ ਗੀਤ ਬਣਾ ਲੈਣਾ ਮੇਰੀ ਮੁਕਤੀ ਦਾ ਇੱਕ ਰਾਹ ਤਾਂ ਹੈ, ਜੇ ਹੋਰ ਨਹੀਂ ਹੈ ਦਰ ਕੋਈ, ਇਹ ਲਫਜ਼ਾਂ ਦੀ ਦਰਗਾਹ ਤਾਂ ਹੈ, ਕਿ ਇਸ ਲਫਜ਼ਾਂ ਦੀ ਦਰਗਾਹ 'ਤੇ ਹੀ ਮੈਂ ਜਾਣਾ। ਔਰ ਨਜ਼ਮ ਮੇਰੇ ਅੰਗ ਸੰਗ ਇੱਦਾਂ ਹੁੰਦੀ ਹੈ ਕਿ ਮੈਂ ਜੇ ਤੁਹਾਨੂੰ ਨਾਲ ਮੈਂ ਨਜ਼ਮ ਕੁਛ ਇਹਨਾਂ ਨਾਲ ਕਰ ਲਾਂ ਕਿ ਮੇਰੀ ਨਜ਼ਮ ਦਾ ਜਿਵੇਂ ਮੰਨ ਲਓ ਕਿ ਮੈਂ ਕਹਾਂ ਕਿ ਨਜ਼ਮ ਕਿਸ ਤਰ੍ਹਾਂ ਮੈਂ ਲਿਖਦਾ, ਤਾਂ ਮੈਂ ਤੇ ਨਾਲ ਦੋ ਨਜ਼ਮਾਂ ਦੀ ਗੱਲ ਕਰੂੰਗਾ ਕਿ ਜਿਸ ਤਰ੍ਹਾਂ ਮੇਰੀ ਗਜ਼ਲ ਹੈ, ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ। ਤਾਂ ਇਹ ਨਜ਼ਮ ਮੈਂ ਜਿਵੇਂ ਕੋਈ ਆਹ ਹੀ ਵਿਹਲਾ ਹੋਏਗਾ ਸ਼ਾਇਦ ਇਹ ਤੋਂ ਥੋੜ੍ਹਾ ਜਿਹਾ ਸਾਜਰਾ ਹੋਊਗਾ। ਮੈਂ ਲੁਧਿਆਣੇ ਦੀਆਂ ਪੁਰਾਣੀਆਂ ਕਚਹਿਰੀਆਂ 'ਚੋਂ ਲੰਘ ਕੇ ਆ ਰਿਹਾ ਸੀ, ਸਿਰਫ ਸ਼ੋਰਟਕੱਟ ਕਰਨ ਲਈ, ਕਿਉਂਕਿ ਇੱਧਰ ਭੀੜ ਸੀ, ਉਦੋਂ ਲੱਕੜ
ਲੱਕੜ ਪੁਲ ਹੁੰਦਾ ਸੀਗਾ, ਲੱਕੜ ਪੁਲ ਤੋਂ ਉੱਤਰ ਕੇ ਮੈਂ ਆ ਰਿਹਾ ਅਤੇ ਕਚਹਿਰੀ ਦੇ ਅਹਾਤੇ 'ਚੋਂ ਮੈਂ ਲੰਘ ਰਿਹਾ। ਕਚਹਿਰੀ ਬੰਦ ਹੋ ਚੁੱਕੀ ਆ ਔਰ ਜੱਜ ਘਰਾਂ ਨੂੰ ਜਾ ਚੁੱਕੇ ਆ, ਮੁਵੱਕਲ ਘਰਾਂ ਨੂੰ ਜਾ ਚੁੱਕੇ ਆ, ਵਕੀਲ ਘਰਾਂ ਨੂੰ ਜਾ ਚੁੱਕੇ ਆ, ਝੂਠੇ ਸੱਚੇ ਗਵਾਹ ਲੰਬੜਦਾਰ ਸਭ ਘਰਾਂ ਨੂੰ ਜਾ ਚੁੱਕੇ ਆ। ਸਿਰਫ ਵਕੀਲਾਂ ਦੇ ਖੋਖੇ ਆ ਔਰ ਇਮਾਰਤ ਹੈ ਤੋ ਇੱਕ ਇੱਕ ਖੂੰਜੇ ਵਿੱਚ ਜਿੱਦਾਂ ਰੁੱਖ ਖੜ੍ਹੇ ਮੂੰਹ ਹਨੇਰੇ 'ਚ, ਮੈਨੂੰ ਅਚਾਨਕ ਲੱਗਾ ਕਿ ਜਿਸ ਤਰ੍ਹਾਂ ਇਹ ਉਹ ਰੁੱਖ ਨਹੀਂ ਖੜ੍ਹੇ, ਇਹ ਤਾਂ ਉਹ ਲੋਕ ਖੜ੍ਹੇ ਆ ਜਿਹੜੇ ਇੱਥੇ ਇਨਸਾਫ ਲੈਣ ਆਏ ਸੀ ਅਤੇ ਉਹ ਇਨਸਾਫ ਦੀ ਉਡੀਕ ਕਰਦੇ ਕਰਦੇ ਉਹ ਰੁੱਖ ਬਣ ਗਏ। ਤੋ ਮੇਰੇ ਪਹਿਲਾ ਸ਼ੇਰ ਇੱਦਾਂ ਆਉਂਦਾ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀਂ ਜਾਣ, ਹੁਣ ਇਹ ਕਦੋਂ ਤੀਕ ਇੱਥੇ ਖੜ੍ਹੇ ਰਹਿਣਗੇ। ਔਰ ਇਹ ਮੈਂ ਆਪਣੇ ਘਰ ਨੂੰ ਤੁਰਿਆ ਵੀ ਆ ਰਿਹਾ ਅਤੇ ਇਹ ਗਜ਼ਲ ਮੇਰੇ ਅੰਦਰ ਇੱਦੀ ਚੱਲਦੀ ਆ ਰਹੀ ਆ ਕਿ ਕੀ ਇਹ ਇਨਸਾਫ ਹੋਮਿਆਂ ਦੇ ਪੁੱਤ ਕਰਨਗੇ, ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ ਜੋ ਸਲੀਬਾਂ 'ਤੇ ਟੰਗੇ ਨੇ ਲੱਥਣੇ ਨਹੀਂ, ਰਾਜ ਬਦਲਣਗੇ ਸੂਰਜ ਚੜ੍ਹਨ ਲੈਣਗੇ। ਕਿ ਇਹਦੇ 'ਚ ਮੈਂ ਕੋਈ ਤਬਦੀਲੀ ਵੀ ਨਹੀਂ ਕੀਤੀ ਕਿ ਮੈਂ ਆਪਣੇ ਕਮਰੇ ਵੱਲ, ਕਮਰਾ ਤਾਂ ਸੀ ਕਿ ਉਦੋਂ ਮੇਰਾ ਘਰ ਅਜੇ ਘਰ ਨਹੀਂ ਸੀ ਬਣਿਆ, ਮੈਂ ਅਜੇ ਅਨਮੈਰਿਡ ਸੀ ਤੋ ਮੈਂ ਉਦੋਂ ਜਦੋਂ ਦੀ ਇਹ ਗਜ਼ਲ ਲਿਖੀ ਆ ਤੋ ਉਹ ਇਹਦਾ ਆਖਰੀ ਸ਼ੇਅਰ ਮੈਂ ਆਪਣੇ ਘਰ ਦੇ ਮੂੰਹ ਹਨੇਰੇ 'ਚ ਆ ਕੇ ਲਿਖਿਆ ਕਿ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੇਗਾ ਮੇਰੀ ਕਬਰ 'ਤੇ ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ। ਕਿ ਉਹ ਜਿਹੜੀ ਨਜ਼ਮ ਸੀ ਉਹ ਮੈਨੂੰ ਇੱਕ ਪਲ ਪਹਿਲਾਂ ਨਹੀਂ ਸੀ ਪਤਾ ਕਿ ਮੈਂ ਇਹ ਨਜ਼ਮ ਲਿਖਣੀ ਆ, ਨਜ਼ਮ ਲਿਖਣ ਦੇ ਇੱਕ ਪਲ ਪਹਿਲਾਂ ਨਹੀਂ ਸੀ ਪਤਾ ਮੈਨੂੰ, ਲਿਖਣੀ ਸੀ ਕਿ ਇਹ ਸਾਰਾ ਕੁਝ ਜਿਵੇਂ ਮਨ ਦੇ ਮੇਰੇ ਅੰਦਰ ਸੀ। ਲੇਕਿਨ ਉਹ ਕਦੋਂ ਉਹ ਸਾਰਾ ਕੁਛ, ਉਹ ਰੁੱਖਾਂ ਦਾ ਝੁੰਡ ਮੈਂ ਦੇਖਿਆ ਅਤੇ ਉਹ ਰੁੱਖਾਂ ਦਾ ਝੁੰਡ ਆਪਣੇ ਨਾਲ ਕੀ ਕੁਛ ਲੈ ਆਇਆ ਕਿ ਉਹ ਕਿੰਨਾ ਕੁਛ ਉਹਦੇ ਨਾਲ ਇੱਕ ਐਸੋਸੀਏਸ਼ਨ, ਇੱਕ ਸਟ੍ਰੀਮ ਆਫ ਕੌਨਸ਼ੀਅਸਨੈਸ ਉਹ ਸਾਰੇ ਨਾਲ ਤੁਰੀ ਕਿ ਮੈਂ ਪੂਰੀ ਨਜ਼ਮ ਤਿਆਰ ਕਰ ਦਿੱਤੀ। ਔਰ ਇੱਦਾਂ ਹੀ ਮੈਂ ਇੱਕ ਰਾਤ ਆਪਣੇ ਦੋਸਤ ਦੇ ਘਰ ਸੁੱਤਾ ਪਿਆ ਲੰਡਨ ਵਿੱਚ, ਸੁਰਿੰਦਰ ਸੀਰੇ ਦੇ ਘਰ, ਤੋ ਅਸੀਂ ਰਾਤ ਨੂੰ ਕੋਈ ਬਹਿਸ ਕਰਦੇ ਸੌਂ ਗਏ, ਪਤਾ ਨਹੀਂ ਕਿਹੜੇ ਕਿਹੜੇ ਮਸਲੇ ਬਾਰੇ, ਪ੍ਰਵਾਸ ਬਾਰੇ ਔਰ ਲੋਕਾਂ ਦੇ ਮਾਈਗ੍ਰੇਸ਼ਨ ਬਾਰੇ, ਸਮਾਗਮਾਂ ਬਾਰੇ, ਅਮਰਜੀਤ ਚੰਦਨ ਵੀ ਉੱਥੇ, ਔਰ ਕਿਸੇ ਗੱਲ ਸਾਡੇ ਮਨ 'ਚ ਕੁੜੱਤਣ ਵੀ ਹੋਈ, ਬੜੀ ਖੂੰਖਾਰ ਬਹਿਸ, ਪਰ ਅਸੀਂ ਸੌਂ ਗਏ। ਲੇਕਿਨ ਮੇਰੀ ਜਾਗ ਬਹੁਤ ਡੂੰਘੇ ਤੜਕੇ ਜਿਵੇਂ 2:30 ਵਜੇ ਮੇਰੀ ਜਾਗ ਖੁੱਲ੍ਹੀ ਅਤੇ ਮੈਂ ਮਹਿਸੂਸ ਕੀਤਾ ਕਿ ਮੇਰੇ ਦਿਲ 'ਤੇ ਜਿੱਦਾਂ ਕੋਈ ਬੋਝ ਹੈ ਕਿ ਜਿਵੇਂ ਇੱਕ ਝੀਲ ਆ ਉਹਦੇ ਉੱਪਰ ਕੁਛ ਤਰ ਰਿਹਾ ਜਿਵੇਂ ਪੱਥਰ ਹੋਵੇ। ਤੋ ਮੈਂ ਜਾਣੀ 3 ਨਜ਼ਮਾਂ ਉਸ ਤੜਕੇ ਲਿਖੀਆਂ ਕਿ ਚੱਲ ਪਾਤਰ ਹੁਣ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਵਾਂ, ਕਿੱਥੇ ਕਿੱਥੇ ਛੱਡ ਆਏ ਹਾਂ ਅਣਲਿਖੀਆਂ ਕਵਿਤਾਵਾਂ, ਔਰ ਗੱਡੀ ਚੜ੍ਹਨ ਦੀ ਕਾਹਲ ਬੜੀ ਸੀ ਕੀ ਕੁਛ ਰਹਿ ਗਿਆ ਉੱਥੇ, ਪਲਾਂ ਛਿਣਾਂ ਵਿੱਚ ਛੱਡ ਆਏ ਸਾਂ ਯੁੱਗਾਂ ਯੁੱਗਾਂ ਦੀਆਂ ਥਾਵਾਂ, ਜਾਣੀ ਉਹ ਔਰ ਤੇਰੀ ਹਰ ਨਜ਼ਮ ਪਾਤਰ ਵਿੱਚ, ਜਾਣੀ ਪਤਾ ਨਹੀਂ ਕੀ ਕੀ ਜੋ ਕੁਛ ਮੇਰੇ ਮਨ 'ਚ ਸੀ ਉਹ ਮੈਂ 3 ਨਜ਼ਮਾਂ ਲਿਖ ਕੇ ਫਿਰ ਸੌਂ ਗਿਆ। ਫਿਰ ਦਿਨ ਚੜ੍ਹੇ, ਮੇਰੇ ਦੋਸਤ ਨੇ ਮੈਨੂੰ ਜਗਾਇਆ। ਸੋ ਨਜ਼ਮਾਂ ਦਾ ਇੱਕ ਇੱਦਾਂ, ਪੰਜਾਬ ਦੀਆਂ ਨਜ਼ਮਾਂ ਮੈਂ ਬਹੁਤ ਲਿਖੀਆਂ ਤੋ ਇਹ ਵੀ ਜਾਣ ਜਿਸ ਤਰ੍ਹਾਂ ਜੀ ਇਹ ਸੀ ਲੱਗੀ ਨਜ਼ਰ ਪੰਜਾਬ ਨੂੰ, ਇਹ ਮੈਂ ਕਿਸੇ ਕਾਲਜ 'ਚ ਤਿਆਰ ਹੋ ਰਿਹਾ ਸੀ ਮੈਂ ਸਮਾਗਮ 'ਤੇ ਜਾਣ ਲਈ, ਉਹਦੇ ਉੱਥੇ ਇੱਕ ਲੋਕ ਨਾਚਾਂ ਦਾ ਮੁਕਾਬਲਾ ਹੋਣਾ ਸੀ ਕਿ ਗਿੱਧੇ ਭੰਗੜੇ ਦਾ, ਅਤੇ ਮੈਨੂੰ ਕਿਹਾ ਤੁਸੀਂ ਉਹਦੀ ਪ੍ਰਧਾਨਗੀ ਕਰਨੀ। ਮੈਂ ਸਵੇਰੇ ਉੱਠਿਆ, ਮੈਂ ਕਿਹਾ ਕੋਈ ਪ੍ਰਧਾਨਗੀ ਲਈ ਕੋਈ ਮੈਂ ਲਫ਼ਜ਼ ਲਿਖ ਲਵਾਂ ਕਿ ਮੈਂ ਕੀ ਮੈਂ ਜਾ ਕੇ ਬੋਲੂੰਗਾ। ਤੋ ਮੇਰੇ ਮਨ 'ਚ ਕੁੜੀਆਂ ਦਾ ਝੁਰਮਟ ਆਉਂਦਾ ਔਰ ਕੁੜੀਆਂ ਬੋਲੀ ਪਾ ਰਹੀਆਂ ਕਿ ਕਾਲੀ ਪੱਗ ਨਾ ਬੰਨ ਵੇ ਕਿਤੇ ਨਜ਼ਰਾਂ ਨਾ ਲੱਗ ਜਾਣ ਮੇਰੀਆਂ, ਅਤੇ ਦੂਜੀਆਂ ਕਹਿੰਦੀਆਂ ਕਾਲੀ ਪੱਗ ਬੰਨ ਲੈਣ ਦੇ ਸਾਡੇ ਖੇਤਾਂ ਵਿੱਚ ਮਿਰਚਾਂ ਬਥੇਰੀਆਂ, ਕਿ ਅਸੀਂ ਮਿਰਚਾਂ ਵਾਰ ਦੇਵਾਂਗੇ। ਔਰ ਅਚਾਨਕ ਮੈਨੂੰ ਲੱਗਿਆ ਕਿ ਨਜ਼ਰ ਇਸ ਵੇਲੇ ਪੂਰੇ ਪੰਜਾਬ ਨੂੰ ਲੱਗ ਚੁੱਕੀ ਆ, ਵੀ ਕਿਸੇ ਗੱਭਰੂ ਨੂੰ ਲੱਗ ਚੁੱਕੀ, ਔਰ ਮੈਂ ਸਭ ਉਹ ਪ੍ਰਧਾਨਗੀ ਭਾਸ਼ਣ ਵੀ ਮੈਂ ਭੁੱਲ ਗਿਆ, ਉਹ ਕਾਲਜ ਭੁੱਲ ਗਿਆ, ਅਤੇ ਮੈਂ ਇਹ ਨਜ਼ਮ ਲਿਖਣ ਲੱਗ ਪਿਆ ਜਿਹੜੀ ਤੁਸੀਂ ਮੈਨੂੰ ਕਹੀ ਆ। ਤੋ ਇਹ ਮੈਂ ਤੁਹਾਨੂੰ, ਇਹਨੂੰ ਕੁਝ ਲੋਕਾਂ ਨੇ ਬਹੁਤ ਅੱਛੀ ਤਰ੍ਹਾਂ ਵੀ ਗਾਇਆ, ਲੇਕਿਨ ਮੈਂ ਤੁਹਾਨੂੰ ਆਪਣੀ ਤਰ੍ਹਾਂ ਇਹਨੂੰ ਬਹੁਤ ਸਿੱਧੀ ਜਿਹੀ ਤਰਦਾ। ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ
ਇਹਦੇ ਸਿਰ ਤੋਂ ਵਾਰੋ, ਸਿਰ ਤੋਂ ਵਾਰੋ, ਵਾਰ ਕੇ ਅੱਗ ਦੇ ਵਿੱਚ ਸਾੜੋ। ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ। ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ, ਕਿੱਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿੱਚ ਬੜੀਆਂ। ਪਹਿਲੀ ਭਰਮੀ ਫਸਲ ਇਹਨਾਂ ਦੀ ਉਦੋਂ ਲੱਗੀ ਜਦ ਆਪੇ ਪੰਜਾਬੀਆਂ ਪੰਜਾਬੀ ਛੱਡੀ, ਤੇ ਫਿਰ ਅਗਲੀ ਫਸਲ ਦੇ ਬੀ ਗਏ ਖਿਲਾਰੇ। ਵੱਡੇ ਗਏ ਨਿਰਦੋਸ਼ ਜਦੋਂ ਰਾਜਾਂ ਦੇ ਮਾਰੇ, ਵੱਢਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ। ਪਰ ਬੇਦੋਸ਼ਾ ਖੂਨ ਤਾਂ ਪੱਗਾਂ ਸਿਰ ਲੱਗਾ, ਉਹੀ ਛਿੱਟੇ ਖੂਨ ਦੇ ਬਣ ਗਏ ਬਹਾਨਾ। ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ, ਜਿੱਥੋਂ ਤੱਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ, ਜਿੱਥੋਂ ਤੱਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ, ਚੌਕ ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ, ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ, ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ। ਸਭ ਕੁਛ ਅੱਗ ਵਿੱਚ ਸੜ ਗਿਆ, ਮਿਰਚਾਂ ਨਾ ਸੜੀਆਂ, ਉਹ ਮਿਰਚਾਂ ਜ਼ਹਿਰੀਲੀਆਂ, ਇਹਦੇ ਸਿਰ ਤੋਂ ਵਾਰੋ, ਸਿਰ ਤੋਂ ਵਾਰੋ, ਵਾਰ ਕੇ ਅੱਗ ਦੇ ਵਿੱਚ ਸਾੜੋ। ਅੱਗ ਪਿੱਤਰਾਂ ਦੀ ਜੀਭ ਹੈ, ਉਹਦੀ ਪੇਟਾ ਝਾੜੋ। ਉਹ ਪਿੱਤਰਾਂ ਦਾ ਬੀਜਿਆ ਬੀਤੇ ਸੰਗ ਸਾੜੋ, ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ। ਉਦੋਂ ਬਹੁਤ ਨਰਮਾ ਸੀ ਕਿ ਮੈਂ ਇੱਕ ਛੋਟੀ ਨਜ਼ਰ ਇਹ ਅਧਿਆਇ ਖਤਮ ਕਰਨਾ ਚਾਹੁੰਦਾ ਕਿ ਮੈਂ ਉਦੋਂ ਜਿਸ ਤਰ੍ਹਾਂ ਵੋਟਾਂ ਲਈ ਕੀ ਕੁਛ ਹੁੰਦਾ, ਤਾਂ ਉਹ 'ਚ ਮੇਰੀ ਇੱਕ ਪੋਇਮ ਸੀ ਕਿ ਡੂੰਘੇ ਵੈਣਾ ਦਾ ਕੀ ਮਿਣਨਾ, ਤਖ਼ਤ ਦੇ ਪਾਵੇ ਮਿਣੀਏ, ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਆਪਾਂ ਵੋਟਾਂ ਗਿਣੀਏ। ਔਰ ਚੋਣ ਨਿਸ਼ਾਨ ਸਿਵਾ ਹੈ ਸਾਡਾ, ਇਸ ਨੂੰ ਬੁਝਣ ਨਾ ਦੇਈਏ, ਚੁੱਲ੍ਹਿਆਂ ਵਿੱਚੋਂ ਕੱਢ ਕੱਢ ਲੱਕੜਾਂ ਇਸ ਦੀ ਅੱਗ ਵਿੱਚ ਚਿਣੀਏ। ਔਰ ਜਿਸ ਦੀ ਡਾਲ ਟੁੱਟੇ ਉਹ ਰੋਂਦਾ, ਬਾਕੀ ਜੰਗਲ ਚੁੱਪ ਹੈ, ਰੋਈ ਨਹੀਂ ਇਸ ਜੰਗਲ ਨੂੰ, ਤੂੰ ਬਰਸੀ ਨਹੀਂ ਕਿਣ ਮਿਣੀਏ। ਔਰ ਉਹਨਾਂ ਦਿਨਾਂ ਵਿੱਚ ਹੀ ਮੈਂ ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ, ਹੁਣ ਸ਼ਿਵ ਕੁਮਾਰ ਦੀ ਵਾਰੀ ਹੈ, ਉਹ ਜ਼ਖਮ ਤੁਹਾਨੂੰ ਭੁੱਲ ਵੀ ਗਏ, ਨਵਿਆਂ ਦੀ ਜੋ ਫਿਰ ਤਿਆਰੀ ਹੈ। ਸੋ ਇੱਕ ਪੂਰਾ ਅਧਿਆਇ ਉਹਨਾਂ ਨਜ਼ਮਾਂ ਦਾ ਹੈ। ਬਹੁਤ ਖੂਬਸੂਰਤ। ਇੱਥੇ ਕੁਛ ਨਵੀਂ ਪੀੜ੍ਹੀ ਦੇ ਲੋਕ ਵੀ ਬੈਠੇ ਹੋਏ ਨੇ, ਮੈਂ ਉਹਨਾਂ ਨੂੰ ਇਹ ਜ਼ਰੂਰ ਗੱਲ ਕਹਿਣਾ ਚਾਹਾਂਗੀ ਕਿ ਹੁਣੇ ਵੇਲਾ ਇਸ ਵੇਲੇ ਨੂੰ ਇੰਝ ਨਾ ਗਾਲੋ, ਨਜ਼ਰ ਲੱਗੀ ਪੰਜਾਬ ਨੂੰ ਅੱਜ ਵੀ, ਉੱਠੋ ਅਤੇ ਇਹਨੂੰ ਸੰਭਾਲੋ। ਇਹ ਕੋਈ ਮੇਰੀ ਕਵਿਤਾ ਨਹੀਂ, ਮੇਰੇ ਸਿਰਫ ਇੱਕ ਖਿਆਲ ਆਇਆ ਸੀ, ਮੈਂ ਤੁਹਾਡੇ ਤੱਕ ਤੁਹਾਨੂੰ ਪਹੁੰਚਾਇਆ, ਕਿਉਂਕਿ ਇਹ ਸਾਡੇ ਕੋਲ ਵਿਰਸਾ ਪਹਿਲਾਂ ਵੀ ਸੀ, ਔਰ ਵਿਰਸਾ ਕਿਸੇ ਚੀਜ਼ ਦਾ ਨਾਂ ਨਹੀਂ, ਜੋ ਕੱਲ੍ਹ ਸੀ ਉਹ ਅੱਜ ਵਿਰਸਾ ਹੈ, ਜੋ ਅੱਜ ਹੈ ਉਹ ਕੱਲ੍ਹ ਵਿਰਸਾ ਹੋ ਜਾਣਾ। ਪਰ ਸਾਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਜਿਹੜੇ ਵਿਰਸੇ ਸਾਡੇ ਕੋਲ, ਜਿਹੜੇ ਕੱਲ੍ਹ ਬਣਨੇ ਨੇ, ਜਿਹੜੇ ਜਿਉਂਦੇ ਜਾਗਦੇ ਸਾਡੇ ਸਾਹਮਣੇ ਬੈਠੇ ਨੇ, ਉਹ ਲਿਖ ਰਹੇ ਨੇ, ਉਹ ਸਮਝਾ ਰਹੇ ਨੇ, ਪਰ ਸਾਨੂੰ ਸਮਝ ਕਿਉਂ ਨਹੀਂ ਆ ਰਹੀ। ਵੋਟਾਂ ਦਾ ਟਾਈਮ ਹੈ, ਹੁਣ ਫਿਰ ਆਉਣ ਵਾਲਾ ਹੈ, ਸਮਝੋ ਆਪਣੇ ਆਪ ਨੂੰ। ਇਹ ਬਹੁਤ ਇੱਕ ਜ਼ਰੂਰੀ ਗੱਲ ਹੈ, ਔਰ ਇਹਨੂੰ ਸੰਭਾਲਣਾ ਆਪ ਹੀ ਪੈਣਾ। ਸੋ ਪਾਤਰ ਸਾਹਿਬ, ਤੁਸੀਂ ਬਹੁਤ ਕਿਤੇ ਹੋਰ ਲੈ ਜਾਂਦੇ ਹੋ, ਬੰਦੇ ਦਾ ਬੈਠਾ ਇੱਥੇ ਹੁੰਦਾ, ਪਤਾ ਨਹੀਂ ਕਿੱਥੇ ਕਿੱਥੇ ਸਫ਼ਰ 'ਚ ਪਹੁੰਚ ਜਾਂਦਾ ਹੈ, ਇੱਕ ਇੰਨੀ ਖੂਬਸੂਰਤ ਇੱਕ ਦਰਦ ਦੇ ਨਾਲ। ਅੱਜ ਸਵੇਰੇ ਵੀ ਜਦੋਂ ਇਹ
ਗੱਲ ਹੋ ਰਹੀ ਸੀਗੀ ਤੇ ਕਿਸੇ ਬੀਰਦਵਿੰਦਰ ਭਾਅ ਜੀ ਨੇ ਇੱਕ ਬੜਾ ਖੂਬਸੂਰਤ ਸ਼ੇਅਰ ਕਿਹਾ ਸੀਗਾ, ਮੈਨੂੰ ਇੱਦਾਂ ਲੱਗਦਾ ਸੀਗਾ ਕਿ ਸ਼ਾਇਦ ਇਹ ਪੰਜਾਬ ਵਾਸਤੇ ਹੀ ਹੈ ਕਿ ਦਰਦ ਹੂੰ ਜੋ ਉੱਠਤਾ ਹੂੰ ਬਾਰ ਬਾਰ, ਦਰਦ ਹੂੰ ਜੋ ਉੱਠਤਾ ਹੂੰ ਬਾਰ ਬਾਰ, ਜ਼ਖਮ ਹੋਤਾ ਤੋ ਭਰ ਗਿਆ ਹੋਤਾ। ਸੋ ਇਹ ਜਿਹੜਾ ਦਰਦ ਹੈ ਪਤਾ ਨਹੀਂ ਕਦੋਂ ਤੋਂ ਚੱਲੀ ਜਾ ਰਿਹਾ ਔਰ ਕਦੋਂ ਤੱਕ ਜਾਣਾ ਹੈ। ਮੰਨਦੀ ਹਾਂ ਕਿ ਸੁੱਖ ਔਰ ਦੁੱਖ ਦਾ ਹਿੱਸਾ ਹੈ, ਇਹ ਨਾਲ ਨਾਲ ਚੱਲਣਾ ਚਾਹੀਦਾ ਹੈ, ਪਰ ਇੰਨਾ ਦੁੱਖ ਜਰਿਆ ਨਹੀਂ ਜਾਂਦਾ, ਇੰਨਾ ਦੁੱਖ ਜਰਿਆ ਵੀ ਨਹੀਂ ਜਾਂਦਾ। ਸੋ ਮੈਂ ਚਾਹੁੰਦੀ ਹਾਂ ਕਿ ਤੁਸੀਂ ਇੱਕ ਇੱਕ ਬੜਾ ਦਰਦ ਵਾਲਾ ਮਾਹੌਲ ਚੱਲਿਆ ਹੋਇਆ ਅਤੇ ਇੱਥੇ ਮੇਰੀ ਫੇਵਰੇਟ ਪੋਇਮ ਵੀ ਇੱਕ ਸੁਣਾ ਦਿਓ, ਜਿਹੜੀ ਪਾਰਟੀਸ਼ਨ ਦੇ ਉੱਪਰ ਤੁਸੀਂ ਇੱਕ ਲਿਖੀ ਸੀ ਕਿ ਜਦੋਂ ਪਹਿਲੀ ਵਾਰ ਲਾਲ ਕਿਲੇ 'ਤੇ ਤਿਰੰਗਾ ਲਹਿਰਾਇਆ। ਆਈ ਐਮ ਸ਼ੋਰ ਯੂ ਆਰ ਗੋਇੰਗ ਟੂ ਇੰਜੋਏ ਇਟ ਐਂਡ ਯੂ ਆਰ ਗੋਇੰਗ ਟੂ ਬੀ ਵੈਰੀ ਇਮੋਸ਼ਨਲ ਅਬਾਊਟ ਇਟ, ਯੂ ਆਰ ਗੋਇੰਗ ਟੂ ਮਿਸ ਸੋ ਮੈਨੀ ਥਿੰਗਸ, ਤੁਹਾਨੂੰ ਬਹੁਤ ਕੁਝ ਚੇਤੇ ਵੀ ਆਉਣਾ। ਪਰ ਤੋਂ ਇਹ ਵੀ ਇਹ ਅਧਿਆਏ ਉਹਦਾ ਅਧਿਆਏ ਦਾ ਹਿੱਸਾ ਹੋ ਗਿਆ, ਫਿਰ ਪੰਜਾਬ ਅਧਿਆਏ ਬਸ ਗੁਸਤਾਖੀ ਲਈ ਮਾਫੀ। ਪਾਰਟੀਸ਼ਨ ਮੈਂ ਦੇਖੀ ਨਹੀਂ ਤੋ, ਲੇਕਿਨ ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ ਜਿਸ ਤਰ੍ਹਾਂ ਲੋਕਾਂ ਦੀਆਂ ਦਾਸਤਾਨ, ਜਿਹੜੇ 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 ਲੋਕ ਉੱਠ ਕੇ ਆਏ, ਉੱਜੜ ਕੇ ਆਏ ਗਏ, ਤੋ ਮੈਨੂੰ ਅਚਾਨਕ ਲੱਗਿਆ ਕਿ ਮੈਂ ਤਾਂ ਸਾਰਾ ਕੁਛ ਦੇਖਿਆ। ਅਤੇ ਉਹ ਮੈਂ ਨਜ਼ਮ ਦੇ ਜਿੰਨੀ ਕੁ ਮੈਨੂੰ ਯਾਦ ਆਈ, ਇੱਥੇ ਮੇਰੀ ਕਾਪੀ 'ਚ ਮੈਨੂੰ ਨਹੀਂ ਮਿਲੀ, ਪਰ ਮੈਂ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਇਹ ਨਜ਼ਮ ਫਿਲਮ ਵਾਂਗ ਹੀ ਦਿਸਣੀ ਸ਼ੁਰੂ ਹੁੰਦੀ ਹੈ ਕਿ ਪਹਿਲੀ ਵਾਰੀ ਲਾਲ ਕਿਲੇ 'ਤੇ ਝੁੱਲਿਆ ਜਦੋਂ ਤਿਰੰਗਾ, ਰੁਮਕੀ ਪੌਣ ਉਛਲੀਆਂ ਨਦੀਆਂ ਕੀ ਜਮਨਾ ਕੀ ਗੰਗਾ, ਪਰ ਇੰਨੇ ਨੂੰ ਉੱਡਦੇ ਆਏ ਪੌਣਾ ਵਿੱਚ ਜੈਕਾਰੇ, ਅੱਲਾਹੂ ਅਕਬਰ ਅਤੇ ਹਰ ਹਰ ਮਹਾਂਦੇਵ ਦੇ ਨਾਰੇ, ਬੋਲੇ ਸੋ ਨਿਹਾਲ ਦਾ ਬੋਲਾ ਵੀ ਸਭਨਾ ਵਿੱਚ ਰਲਿਆ, ਦਇਆ ਧਰਮ ਨੂੰ ਭੁੱਲ ਕੇ ਹਰ ਕੋਈ ਕਾਮ ਕ੍ਰੋਧ ਵਿੱਚ ਜਲਿਆ, ਔਰ ਰੁਦਨ ਹਜ਼ਾਰਾਂ ਨਾਰਾਂ ਦੇ ਅਤੇ ਮਰਦਾਂ ਦੇ ਲਲਕਾਰੇ, ਕੁੱਖਾਂ ਵਿੱਚ ਡੁਬੋ ਕੇ ਜਿਹਨਾਂ ਤਪਦੇ ਖੰਜਰ ਠਾਰੇ, ਔਰ ਸਤਲੁਜ ਨੂੰ ਕੁਝ ਸਮਝ ਨਾ ਆਵੇ ਜਸ਼ਨਾਂ ਵਿੱਚ ਕਿੰਝ ਰੋਵੇ, ਨਾ ਵੀ ਰੋਵੇ ਤਾਂ ਲਹਿਰਾਂ ਵਿੱਚ ਲਾਸ਼ਾਂ ਕਿਵੇਂ ਲੁਕੋਵੇ, ਸੁਣਿਆ ਸੀ ਪਾਣੀ ਨੂੰ ਕੋਈ ਖੰਜਰ ਚੀਰ ਨਹੀਂ ਸਕਿਆ, ਪਰ ਰਾਵੀ ਦੋ ਟੁਕੜੇ ਹੋਈ ਅਸੀਂ ਤੇ ਅੱਖੀਂ ਤੱਕਿਆ, ਔਰ ਨਾਲ ਨਫ਼ਰਤ ਨਾਲ ਪਾਣੀ ਹੋਏ ਚਨਾ ਦੇ ਪਾਣੀ, ਨਫ਼ਰਤ ਦੇ ਵਿੱਚ ਡੁੱਬ ਕੇ ਮਰ ਗਈ ਹਰ ਇੱਕ ਪ੍ਰੀਤ ਕਹਾਣੀ, ਕਹੇ ਬਿਆਸਾ ਮੈਂ ਬੇਆਸਾ ਮੈਂ ਕੀ ਧੀਰ ਧਰਾਵਾਂ, ਇਹ ਰੱਤ ਰੰਗੇ ਆਪਣੇ ਪਾਣੀ ਕਿੱਥੇ ਧੋਵਣ ਜਾਵਾਂ, ਔਰ ਜੇਲਮ ਕਹਿੰਦਾ ਚੁੱਪ ਭਰਾਵੋ ਪਾਣੀ ਦਾ ਕੀ ਰੋਣਾ, ਜੇਲਮ ਕਹਿੰਦਾ ਚੁੱਪ ਭਰਾਵੋ ਪਾਣੀ ਦਾ ਕੀ ਰੋਣਾ, ਕਿਸ ਤੱਕਣਾ ਪਾਣੀ ਦਾ ਹੰਝੂ ਪਾਣੀ ਵਿੱਚ ਸਮਾਉਣਾ, ਔਰ ਮਾਵਾਂ ਭੈਣਾਂ ਧੀਆਂ ਨਾਰਾਂ ਬਾਜ਼ਾਰਾਂ 'ਚੋਂ ਲੰਘੀਆਂ, ਉਹ ਤਾਂ ਦਰਦ ਹਜਾ ਵਿੱਚ ਕੱਜੀਆਂ, ਉਹ ਤਾਂ ਕਦ ਸਨ ਨੰਗੀਆਂ, ਨੰਗੀ ਸੀ ਮਰਦਾਂ ਦੀ ਵਹਿਸ਼ਤ ਮਜ਼ਹਬ ਉਹਨਾਂ ਦੇ ਨੰਗੇ, ਕੌਣ ਟਕੇ ਨੰਗੇਜ ਕੇ ਜਦ ਖੁਦ ਕੱਜਣ ਹੋ ਗਏ ਨੰਗੇ, ਔਰ ਕਿਸੇ ਬਾਪ ਨੇ ਲਾਡਾਂ ਪਾਲੀ ਧੀ ਦਾ ਗਲਾ ਦਬਾ ਕੇ, ਮੌਤ ਦੀ ਗੋਦ ਸੁਲਾਇਆ ਉਸਨੂੰ ਆਪਣੀ ਗੋਦੋਂ ਲਾ ਕੇ, ਸ਼ੁਕਰੋ ਰੱਬਾ ਲੱਖ ਲੱਖ ਤੇਰਾ ਤੂੰ ਜੋ ਮੌਤ ਬਣਾਈ, ਸ਼ੁਕਰੋ ਰੱਬਾ ਲੱਖ ਲੱਖ ਤੇਰਾ ਤੂੰ ਜੋ ਮੌਤ ਬਣਾਈ, ਇੱਕ ਮਹਿਫੂਜ਼ ਜਗ੍ਹਾ ਨਾ ਛੋਹੇ ਜਿੱਥੇ ਪੌਣ ਪਰਾਈ, ਜੇ ਸਭ ਤੋਂ ਮਹਿਫੂਜ਼ ਜਗ੍ਹਾ ਹੈ ਮੌਤ ਹੀ ਅੱਲਾ ਮੀਆਂ, ਤਾਂ ਛੱਡ ਫਰਾਕਾਂ ਝੱਗੇ ਸਿੱਧੇ ਖੱਫਣ ਕਿਉਂ ਨਾ ਸੀ। ਤੋ ਇਹ ਇੱਕ ਤਰ੍ਹਾਂ ਪਾਰਟੀਸ਼ਨ ਦੇ ਟਾਈਮ ਦੀ ਕਵਿਤਾ ਸੀ। ਇੱਕ ਮੈਂ ਲੇਟੈਸਟ ਜਿਹੜੀ ਮੇਰੀ ਪੰਜਾਬ ਬਾਰੇ ਕਵਿਤਾ ਹੈ ਉਹ ਸੁਣਾ ਕੇ ਫਿਰ ਅਧਿਆਏ ਪੰਜਾਬ ਦਾ ਖਤਮ ਕਰਦੇ ਹਾਂ। ਤੋ ਇਹ ਮੈਂ ਮੇਰਾ ਇੱਕ ਸ਼ੇਅਰ ਸੀ ਕਿ ਇੱਥੋਂ ਕੁੱਲ ਪਰਿੰਦੇ ਹੀ ਉੜ ਗਏ, ਇੱਥੇ ਮੇਘ ਆਉਂਦੇ ਵੀ ਮੁੜ ਗਏ, ਇੱਥੋਂ ਕੁੱਲ ਪਰਿੰਦੇ ਹੀ ਉੜ ਗਏ, ਇੱਥੇ ਮੇਘ ਆਉਂਦੇ ਵੀ ਮੁੜ ਗਏ, ਇੱਥੇ ਕਰਨ ਅੱਜ ਕੱਲ੍ਹ ਬਿਰਖ ਵੀ ਕਿਤੇ ਹੋਰ ਜਾਣ ਦੇ ਮਸ਼ਵਰੇ। ਤੋ ਇਹ ਇੱਕ ਸ਼ੇਅਰ, ਇਹਨੂੰ ਵੀ ਜਿਵੇਂ ਪੱਤੇ ਪੁੰਗਰੇ ਤਾਂ ਮੈਂ ਇੱਕ ਪੂਰੀ ਨਜ਼ਮ ਬਣਿਆ ਕਿ ਮੈਂ ਲਿਖਿਆ ਕਿ ਚਲੋ ਇੱਥੋਂ ਚੱਲੀਏ, ਜੋ ਪੰਜਾਬ ਦੀ ਮੈਂ ਤੁਹਾਨੂੰ ਇੱਕ ਪੰਜਾਬ ਦਾ ਇਹੋ ਸਮਝ ਲਓ ਕਿ ਇੱਕ ਪੰਜਾਬ ਨੂੰ ਡਿਫਾਈਨ ਕਰਨ ਵਾਲਾ ਇੱਕ ਇੱਕ ਵਾਕ ਬਣ ਗਿਆ ਕਿ ਪੰਛੀ ਤਾਂ ਉੱਡ ਗਏ ਨੇ ਰੁੱਖ ਵੀ ਸਲਾਹਾਂ ਕਰਨ, ਚਲੋ ਇੱਥੋਂ ਚੱਲੀਏ, ਘਰ ਘਰ ਪੁੱਤ ਕਹਿਣ ਛੱਡ ਬਾਪੂ ਹੁਣ ਕੀ ਰੱਖਿਆ ਜ਼ਮੀਨ ਵਿੱਚ,
ना तो इत्थे नौकरी है ना ही इत्थे नाबरी धौंस है ते जाल साजी ना तो इत्थे चैन बापू ना ही तो बगावतां वेच के सियार चार करके जुगाड़ कोई किते बाहर चला जाना देश च जलील होण नालों बापू चंगा है गैरां दे दियार विच भावें किते डुब जावां सागरां दी कुख विच राहां च गुआच जावां धूड़ां विच रल जावां बस इत्थों चला जावां तू नहीं सुने टिकी राते मोए किरसान सारे पिंड दे उजाड़ां विच यही वृंद गान गाउंदे चलो इत्थों चलीए चलो इत्थों चलीए यही है वृंद गान यही है समूह गान गैर सरकारी अज यही कौमी गान है चलो इत्थों चलीए आ जिहड़े नशियां दे उड़न खटोले विच बैठ जांदे उन्होंने भी बस इत्थों जाण दा ही राह जाणी लभिया आ जिहड़े कुखां विच धीआं नूं सुनेहा दिंदे नशरां दी भाषा विच ओह वी इहो आखदे ने इत्थे कित्थे आ गईआं इत्थे आ के की लैणा तोमतां ते लानतां वहशतां ते शहवतां दाग लैणे दुख दे जनाह दे तेज़ाब दे जाओ जाओ चले जाओ जिहड़े इत्थे आए होए ओह तां अगे इन्ने दुखी हर कोई आखदा है चलो इत्थों चलीए यही इत्थे ताल है ते यही इत्थे राग है यही है वृंद गान यही है समूह गान गैर सरकारी अज यही कौमी गीत है कोई कवि इत्थे है कोई कवि इत्थे कोई है गमंतरी साजिया दी टोली कोई है कोई संगीतकार जिहड़ा होर राग छेड़े मेरी इस धरत ते हलीमी राज हो जाए कोई ना रंझाए किसे बेगमपुरे दा रूप धरत मेरी हो जाए कहे ना कोई भी इत्थे चलो इत्थों चलीए चलो इत्थों चलीए तो पंजाब अध्याय मैं इत्थे खत्म करदा बिल्कुल तुसी कोई अपनी खास जिहड़ी तुहाडे दिलों बहुत छूंदी होवे हाँ मैं तुहानूं फेवरेट कोई जिहड़ी आपणी मेरा मैं प्रोफेसर मोहन सिंह होणा नाल बहुत साल जी रिहा 5 साल मैं उन्होंने रिसर्च असिस्टेंट सी जो मैं 72 आके PAU ज्वाइन किया तो PAU विच मैं साढ़े टेबल एक ही कमरे च होंदे सी प्रोफेसर मोहन सिंह का मेरा तो उन्होंने मैं नज़मां भी बहुत सारिया याद ने पर उन्होंने मैं कई गल्लां भी याद है एक गल मैं तुहानूं सुनाउणी चाहुंदा प्रोफेसर मोहन सिंह की होर कुछ गल करन तो पहला कि एक बार प्रोफेसर मोहन सिंह होना कोई पुछण लग्या कहण लग्या कि प्रोफेसर साहब ऐ तुहानूं शायरी चों कुछ बचदा भी है भी तुसीं शायरी लिखदे कोई तुहानूं इहदे विचों नफा हुंदा ते उह हस पै कहण लगे मैं तैनूं एक गल सुणाउणा भी एक टांगे वाला सी उहनूं किसे ने इही सवाल पुछिया ते टांगे वाला कहण लग्गा कि भई इदां आ इन्ना कु मैनूं भाड़ा मिलदा इहदे विचों इन्ना कु मैं इहनूं दाणे चार दिन्ना इन्ना कु मैं अपने टांगे नूं सजाउण च रिपेयर रिपूर च ला दिन्ना कुछ मैं अपनी पग दा जाने मावा पग दा लाट ठीक रखना उपर शमला मैं उत्ते ला दिन्ना ते उह कहिंदा फिर तैनूं की बचदा कहिंदा मैनूं बस झूठे बचदे आ कि जिहड़े मैं इधर उधर आउणा इहो मैनूं झूठे बचदे आ सो उह कहिंदे कवियां नूं भी झूठे बचदे हुंदे आ कि जिहड़ी जिहड़े उहनूं कोई दाद कर देंदा कि हाँ जी वाह तुसीं बहुत अच्छा अच्छा किहा ते उह मैं उहनां दी कदी गल नहीं ਬੋਲਦਾ ਔਰ ਹਮੇਸ਼ਾ ਯਾਦ ਰੱਖਦਾ ਕਿ ਸਿਰਫ ਸ਼ਾਇਰੀ ਵਿੱਚੋਂ ਝੂਟਿਆਂ ਤੋਂ ਸਿਵਾ ਕੋਈ ਆਸ ਨਹੀਂ ਰੱਖਣੀ ਕਿ ਸਾਨੂੰ ਕੁਛ ਹੋਰ ਮਿਲਣਾ ਚਾਹੀਦਾ ਇਹ ਝੂਟੇ ਆਪਣੇ ਆਪ 'ਚ ਬਹੁਤ ਵੱਡੀ ਵੱਡੀ ਚੀਜ਼ ਹੁੰਦੇ ਆ ਤੋ ਹੁਣ ਬਿੱਟੂ ਨੇ ਕਿਹਾ ਕਿ ਮੈਂ ਆਪਣੀ ਪਸੰਦ ਦੀ ਜਾਂ ਆਪਣੀ ਕੋਈ ਜਿਹੜੀ ਮੇਰੀ ਫੇਵਰੇਟ ਚੀਜ਼ ਹੋਵੇ ਉਹ ਮੈਂ ਤੁਹਾਨੂੰ ਸੁਣਾਵਾਂ ਮੇਰੀ ਫੇਵਰੇਟ ਚੀਜ਼ਾਂ ਬਦਲਦੀਆਂ ਰਹਿੰਦੀਆਂ ਕਿ ਉਹ ਮੌਕੇ ਮੁਤਾਬਕ ਉਸ ਵੇਲੇ ਜਿਵੇਂ ਸਿਧਾਰਥ ਨੇ ਕਿਹਾ ਸੀ ਹੁਣ ਕਿਹੜਾ ਮਾਂ ਦਾ ਟਾਈਮ ਆ ਕਿ ਪਾ ਦਾ ਟਾਈਮ ਆ ਕਿ ਸਾ ਦਾ ਕਿਸ ਸੁਰ ਦਾ ਸਮਾਂ ਉਸ ਦੇ ਹਿਸਾਬ ਨਾਲ ਮੇਰੀ ਪਸੰਦ ਵੀ ਬਹੁਤ ਵਾਰ ਬਦਲਦੀ ਰਹਿੰਦੀ ਹੈ ਤੋ ਮੇਰੀ ਇੱਕ ਗਜ਼ਲ ਹੈ ਮੈਂ ਵੈਸੇ ਮੈਂ ਕਦੀ ਕਦੀ ਕਹਿੰਦਾ ਹੁੰਦਾ ਕਿ ਮੈਂ ਮੇਰੀ ਕਵਿਤਾ ਵਿੱਚ ਮੇਰੇ ਆਪਣੇ ਆਪ ਨਾਲ ਵੀ ਕਾਫੀ ਲੜਾਈ ਆ ਕਿ ਹੋਰਾਂ ਨਾਲ ਵੀ ਹੈਗੀ ਆ ਕਦੀ ਆਪਣੇ ਦੋਸਤਾਂ ਨਾਲ ਲੜ ਪੈਂਦਾ ਕਦੀ ਸਥਾਪਤੀ ਨਾਲ ਵੀ ਲੜ ਪੈਂਦਾ ਪਰ ਬਹੁਤੀ ਮੇਰੀ ਕਵਿਤਾ 'ਚ ਮੇਰੇ ਨਾਲ ਲੜਾਈ ਕਾਫੀ ਆ ਕਿ ਜਿਵੇਂ ਮੇਰਾ ਪਹਿਲਾ ਹੀ ਪਹਿਲੀ ਕਿਤਾਬ ਦੀ ਪਹਿਲੀ ਗਜ਼ਲ ਦਾ ਪਹਿਲਾ ਸ਼ੇਅਰ ਤੁਹਾਨੂੰ ਸੁਣਾਉਣਾ ਕਿ ਉਹ 'ਚ ਮੈਂ ਲਿਖਦਾ ਕਿ ਉਜਲੇ ਸ਼ੀਸ਼ੇ ਸਨਮੁਖ
ਮੈਨੂੰ ਚਿਰ ਤੱਕ ਨਾ ਖਲਿਆਰ, ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤੱਕ ਨਾ ਖਲਿਆਰ, ਮੈਲੇ ਮਨ ਵਾਲੇ ਮੁਜਰਮ ਨੂੰ ਇਸ ਮੌਤੇ ਨਾ ਮਾਰ ਕੇ, ਔਰ ਜਾਂ ਦੂਰ ਜੇਕਰ ਅਜੇ ਸਵੇਰਾ ਹੈ, ਇਸ 'ਚ ਕਾਫੀ ਕਸੂਰ ਮੇਰਾ ਹੈ, ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾਂ, ਮੇਰੇ ਦਿਲ ਵਿੱਚ ਹੀ ਜਦ ਹਨੇਰਾ ਹੈ। ਤੋ ਇੱਕ ਵਾਰੀ ਮੈਂ ਉਦੋਂ ਮੇਰੇ ਅਜੇ ਵਾਲ ਚਿੱਟੇ ਵੀ ਨਹੀਂ ਹੋਏ ਸੀ, ਤਾਂ ਮੈਂ ਇੱਕ ਸ਼ੇਅਰ ਲਿਖਿਆ ਸੀ ਕਿ ਹਾਲੇ ਤੀਕਰ ਹਰਫਾਂ ਦੇ ਵਿੱਚ ਜਗੀ ਨਾ ਸੂਹੀ ਲੋ, ਵਰਕੇ ਕਾਲੇ ਕਰਦਿਆਂ ਯਾਰੋ ਚਿੱਟੇ ਹੋ ਗਏ ਵਾਲ, ਕਿ ਵਰਕੇ ਕਾਲੇ ਕਰਦਿਆਂ ਕਰਦਿਆਂ ਹੁਣ ਦਾੜ੍ਹੀ ਚਿੱਟੀ ਹੋ ਗਈ ਆ, ਹਾਲੇ ਵੀ ਹਰਫਾਂ ਦੇ ਵਿੱਚ ਲੋ ਨਹੀਂ ਆਈ। ਤੋ ਇੱਕ ਮੇਰੀ ਗਜ਼ਲ ਵੀ ਥੋੜ੍ਹੀ ਇਸੇ ਰੰਗ ਦੀ ਆ ਕਿ ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਹਾਂ, ਜੇ ਨਜ਼ਰ ਤੇਰੀ 'ਚ ਨਾ ਮਨਜ਼ੂਰ ਹਾਂ। ਇੱਥੇ ਤੇਰੀ ਆਪੋ ਆਪਣੀ ਆ, ਕੋਈ ਕਿਸੇ ਲਈ ਤੇਰੀ ਰੱਬ ਹੋ ਸਕਦਾ, ਕਿਸੇ ਲਈ ਮਹਿਬੂਬ ਹੋ ਸਕਦੀ, ਕਿਸੇ ਲਈ ਸ਼ਾਇਦ ਸਰਕਾਰ ਹੀ ਹੋ ਸਕਦੀ ਆ, ਸਮਝ ਆ ਗਈ ਸਾਨੂੰ। ਤੋ ਸੋ ਮੈਂ ਇਹ ਗਜ਼ਲ ਤੁਹਾਨੂੰ ਹੁਣ ਮੇਰਾ ਸ਼ਾਮ ਜਦੋਂ ਪੈ ਜਾਂਦਾ ਫਿਰ ਮੇਰਾ ਗਾਉਣ ਨੂੰ ਜੀ ਕਰਨ ਲੱਗ ਪੈਂਦਾ ਸ਼ੁਰੂ, ਤੋ ਮੈਂ ਤੈਨੂੰ ਤਰਨਮ 'ਚ ਇਹ ਗਜ਼ਲ ਪਲੀਜ਼ ਪੇਸ਼ ਕਰਦਾ ਕਿ ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਹਾਂ, ਜੇ ਨਜ਼ਰ ਤੇਰੀ 'ਚ ਨਾ ਮਨਜ਼ੂਰ। ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਹਾਂ, ਜੇ ਨਜ਼ਰ ਤੇਰੀ 'ਚ ਨਾ ਮਨਜ਼ੂਰ ਹਾਂ। ਸੀਨੇ ਉੱਤਲੇ ਤਗਮਿਆਂ ਨੂੰ ਕੀ ਕਰਾਂ, ਸੀਨੇ ਉੱਤਲੇ ਤਗਮਿਆਂ ਨੂੰ ਕੀ ਕਰਾਂ, ਸੀਨੇ ਉੱਤਲੇ ਤਗਮਿਆਂ ਨੂੰ ਕੀ ਕਰਾਂ, ਸੀਨੇ ਵਿਚਲੇ ਨਗਮਿਆਂ ਤੋਂ ਦੂਰ ਹਾਂ, ਸੀਨੇ ਵਿਚਲੇ ਨਗਮਿਆਂ ਤੋਂ ਦੂਰ ਹਾਂ। ਟੋ ਰਿਹਾ ਹਾਂ ਮੈਂ ਹਨੇਰਾ ਰਾਤ ਦਿਨ, ਟੋ ਰਿਹਾ ਹਾਂ ਮੈਂ ਹਨੇਰਾ ਰਾਤ ਦਿਨ, ਟੋ ਰਿਹਾ ਹਾਂ ਮੈਂ ਹਨੇਰਾ ਰਾਤ ਦਿਨ, ਆਪਣੀ ਹਉਮੈ ਦਾ ਹੀ ਮਜ਼ਦੂਰ ਹਾਂ, ਆਪਣੀ ਹਉਮੈ ਦਾ ਹੀ ਮਜ਼ਦੂਰ ਹਾਂ। ਮੇਰੇ ਸੀਨੇ ਵਿੱਚ ਹੀ ਹੈ ਸੂਲੀ ਮੇਰੀ, ਮੇਰੇ ਸੀਨੇ ਵਿੱਚ ਹੀ ਹੈ ਸੂਲੀ ਮੇਰੀ, ਮੇਰੇ ਸੀਨੇ ਵਿੱਚ ਹੀ ਹੈ ਸੂਲੀ ਮੇਰੀ, ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ, ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ। ਔਰ ਸ਼ੇਰ ਸੁਣਨਾ, ਜ਼ਹਿਰ ਮੇਰਾ ਪੀ ਕੇ ਨੀਲੇ ਹੋ ਗਏ, ਜ਼ਹਿਰ ਮੇਰਾ ਪੀ ਕੇ ਨੀਲੇ ਹੋ ਗਏ, ਜ਼ਹਿਰ ਮੇਰਾ ਪੀ ਕੇ ਨੀਲੇ ਹੋ ਗਏ, ਕਾਗਜ਼ਾਂ ਦਾ ਮੈਂ ਬਹੁਤ ਮਸ਼ਹੂਰ ਹਾਂ, ਕਾਗਜ਼ਾਂ ਦਾ ਮੈਂ ਬਹੁਤ ਮਸ਼ਹੂਰ ਹਾਂ। ਔਰ ਮਕਤਾ ਇਹਦਾ ਖਾਸ ਤੌਰ 'ਤੇ, ਕੱਲ ਪਾਤਰ ਨੂੰ ਕਿਹਾ ਸੁਰਜੀਤ ਨੇ, ਕੱਲ ਪਾਤਰ ਨੂੰ ਕਿਹਾ ਸੁਰਜੀਤ ਨੇ, ਕੱਲ ਪਾਤਰ ਨੂੰ ਕਿਹਾ ਸੁਰਜੀਤ ਨੇ, ਤੂੰ ਤੇ ਮੈਂ ਵੀ ਇੱਕ ਦੂਏ ਤੋਂ ਦੂਰ ਹਾਂ, ਤੂੰ ਤੇ ਮੈਂ ਵੀ ਇੱਕ ਦੂਏ ਤੋਂ ਦੂਰ ਹਾਂ। ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਹਾਂ, ਜੇ ਨਜ਼ਰ ਤੇਰੀ 'ਚ ਨਾ ਮਨਜ਼ੂਰ। ਬਿਊਟੀਫੁਲ, ਬਹੁਤ ਬਹੁਤ ਹੀ ਖੂਬਸੂਰਤ। ਕਿਸੇ ਦੀ ਕੋਈ ਫਰਮਾਇਸ਼ ਹੋਵੇ, ਕਿਸੇ ਨੇ ਕੋਈ ਖਾਸ ਗੱਲ ਕੋਈ ਪੁੱਛਣੀ ਹੋਵੇ ਜਾਂ ਕੋਈ ਖਾਸ ਫਰਮਾਇਸ਼ ਕਰਨੀ ਹੋਵੇ? ਇੱਕ ਹਾਂਜੀ
डालियां चोलंगियां हवा बन के ये मेरी लगभग पहली गजल है जो तो पहला मैं लिखिया सी पर शायद वह जिहड़ी मैं अपनी लिखिया चो पहली गजल मेरे छापी वह कोई डालियां चोलंगियां ये मेरी पटियाले शहर की गजल है। वह रुख भी अजे उत्थे है भावें उस रुख थलों लंघन वाले किते दे किते चले गए कि वह पतझड़ दे दिन सी पापलर दे दरख्तां चों हवा लंघ के जा रही सी ते रुखां दे पत्ते दूर दूर तक उड़ रहे सी ते अचानक उन्हां रुखां दे थल्लों एक झुंड लंघिया जिहनूं शिव ने कहा सी कि झुंड लंघिया अग्गों हीरां दा एक झुंड लग्गिया। मैनूं लग्गा कि वह रुख मैं हाँ मैं जिहड़ा कि उस हवा दे विच हवा दे नाल नहीं जा सकिया लेकिन हवा उहदे पूरे वजूद नूं झंझोड़ के रख गई तो उहदे पत्ते दूर दूर तक पैरां ते पैरां दे निशानां दे उपर डिगदे रहे। सो उह मैं उह गज़ल ਸੋ ਪਹਿਲਾ ਸ਼ੇਰ ਹੈ ਕਿ ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ ਕਿ ਸਿਰਫ ਬਿਰਖ ਦਾ ਇੱਕ ਹੌਕਾ ਬਣ ਕੇ ਰਹਿ ਗਏ। ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਤੇ ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ ਪੈੜਾਂ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪੱਤੇ ਪੈੜਾਂ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪੱਤੇ ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ ਤੇ ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ ਕਦੇ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ ਕਦੇ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ ਐਵੇਂ ਲੰਘ ਜਾਣਾ ਪਾਣੀ ਕਦੇ ਵਾ ਬਣ ਕੇ ਤੇ ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ। ਔਰ ਆਖਰੀ ਸ਼ੇਰ ਦਾ ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ ਤੇ ਅਸੀਂ ਰਹਿ ਗਏ ਬਿਰਖ ਵਾਲੀ ਹਮਨੇ ਜੋ ਸੰਗ ਤਰਾਸ਼ਾ ਵੋ ਖੁਦਾ ਹੋ ਬੈਠਾ। ਸੋ ਬਿਲਕੁਲ ਠੀਕ ਗੱਲ ਹੈ, ਖੁਦਾ ਹੀ ਬਣ ਜਾਂਦੇ ਨੇ। ਸੋ ਬਹੁਤ ਮਜ਼ਾ ਆ ਰਿਹਾ, ਬਹੁਤ ਚੰਗਾ ਲੱਗ ਰਿਹਾ, ਪਰ ਮੈਨੂੰ ਲੱਗਦਾ ਹਰ ਖੂਬਸੂਰਤ ਚੀਜ਼ ਨੂੰ ਸਮੇਟਣਾ ਪੈਂਦਾ। ਸੋ ਸ਼ਾਇਦ ਸਾਡਾ ਵੀ ਉਹ ਸਮਾਂ ਆ ਰਿਹਾ, ਪਰ ਫਿਰ ਵੀ ਮੈਂ ਤੁਹਾਨੂੰ ਜਾਂਦੇ ਜਾਂਦੇ ਕੁਝ ਪਲਾਂ ਦੇ ਵਿੱਚ ਇੱਕ ਛੋਟਾ ਜਿਹਾ ਸਵਾਲ, ਜਿਹੜਾ ਕਿ ਮੇਰਾ ਆਪਣਾ ਸਵਾਲ ਹੈ ਜੋ ਮੇਰੇ ਦਿਲ ਨੂੰ ਬਹੁਤ ਕਰਦਾ, ਕਿ ਅੱਜ ਕੱਲ੍ਹ ਜਿਵੇਂ ਹਾਲਾਤ ਵੀ ਬਦਲਦੇ ਨੇ ਪਰ ਰਿਸ਼ਤੇ ਬੜੇ ਜਲਦੀ ਬਦਲ ਜਾਂਦੇ ਨੇ, ਰਿਸ਼ਤਿਆਂ ਬਾਰੇ ਜਿਹੜੇ ਰਿਸ਼ਤੇ ਨੇ ਮੁਹੱਬਤਾਂ ਵਾਲੇ ਰਿਸ਼ਤੇ ਪਿਆਰ ਵਾਲੇ ਰਿਸ਼ਤੇ ਉਹ ਵੀ ਕਿਤੇ ਗੁੰਮ ਗਏ ਨੇ,
ਉਹ ਰਿਸ਼ਤਾ ਕੋਈ ਵੀ ਹੋਵੇ, ਚਾਹੇ ਉਹ ਲੇਖਕ ਪਾਠਕ ਦਾ ਰਿਸ਼ਤਾ ਹੋਵੇ, ਉਹ ਚਾਹੇ ਆਂਢ ਗੁਆਂਢ ਦਾ ਰਿਸ਼ਤਾ ਹੋਵੇ, ਚਾਹੇ ਉਹ ਇੱਕ ਗੁਰੂ ਸ਼ਿਸ਼ਿਆ ਦਾ ਰਿਸ਼ਤਾ ਹੋਵੇ, ਉਹਦੇ 'ਚ ਬਹੁਤ ਜ਼ਿਆਦਾ ਇੱਕ ਪੀੜ, ਇੱਕ ਬਹੁਤ ਜ਼ਿਆਦਾ ਦਰਦ ਬਣ ਗਿਆ। ਮੈਂ ਵੈਸੇ ਰਿਸ਼ਤਿਆਂ ਤੋਂ ਨਿਰਾਸ਼ ਨਹੀਂ ਹਾਂ। ਲੋਕ ਬਹੁਤ ਕਹਿੰਦੇ ਕਿ ਰਿਸ਼ਤੇ ਹੁਣ ਇੱਦਾਂ ਹੋ ਗਏ, ਇੱਦਾਂ ਹੋ ਗਏ, ਪਰ ਮੈਨੂੰ ਹਮੇਸ਼ਾ ਲੱਗਦਾ ਰਹਿੰਦਾ ਕਿ ਜਿਹੜਾ ਇਨਸਾਨ ਹੈ, ਭਾਵੇਂ ਉਹ ਕਿਸੇ ਯੁੱਗ 'ਚ ਹੋਵੇ, ਭਾਵੇਂ ਕਿਸੇ ਦੇਸ਼ ਕਾਲ 'ਚ ਹੋਵੇ, ਮੈਂ ਕਹਿੰਦਾ ਹੁੰਦਾ ਕਿ ਇਨਸਾਨ, ਹਰ ਇਨਸਾਨ ਇੱਕ ਮਿਊਜ਼ੀਕਲ ਇੰਸਟਰੂਮੈਂਟ ਹੈ। ਜਿਵੇਂ ਸਾਜ਼ ਦੀਆਂ ਤਾਰਾਂ ਹੁੰਦੀਆਂ, ਕਹਿ ਕਹਿੰਦੇ ਵੀ ਉਹਦੇ ਸੁਰਾਂ ਹੁੰਦੀਆਂ, ਸਾਰੇ ਗਾਵਾਂ ਪਾਦਾ ਨੀਸਾ, ਇੱਦਾਂ ਹੀ ਹਰ ਬੰਦੇ ਦੀਆਂ ਸੁਰਾਂ ਨੇ ਜਿਹਦੇ ਵਿੱਚ ਪਿਆਰ, ਈਰਖਾ, ਖੌਫ, ਜਗਿਆਸਾ, ਜੋ ਵੀ ਕੁਛ ਲਓ ਕਿ ਉਹ ਇੱਕ, ਮੈਂ ਕਹਿੰਦਾ ਭਾਵੇਂ ਉਹਨੂੰ 7 ਸੁਰਾਂ ਕਹਿ ਲਓ ਜਾਂ 8 ਸੁਰਾਂ ਕਹਿ ਲਓ, ਔਰ ਸਾਰਾ ਹਰ ਪੋਇਟਰੀ, ਹਰ ਯੁੱਗ ਦੀ ਪੋਇਟਰੀ ਉਹਨਾਂ ਹੀ ਸੁਰਾਂ ਦੇ ਸਾਜ਼ 'ਤੇ ਵਜਾਈ ਜਾਂਦੀ ਹੈ, ਤਾਂ ਹੀ ਕਦੀ ਪੋਇਟਰੀ ਪੁਰਾਣੀ ਨਹੀਂ ਹੁੰਦੀ। ਤੋ ਮੈਨੂੰ ਲੱਗਦਾ ਕਿ ਅਸੀਂ ਕਿਸੇ ਬੰਦੇ 'ਚੋਂ ਕੀ ਜਗਾ ਸਕਦੇ। ਮੈਨੂੰ ਹੁਣ ਵੀ, ਮੈਂ ਬੰਦੇ ਰੋਂਦੇ ਦੇਖਦਾ ਮੁਹੱਬਤ 'ਚ, ਪੋਇਟਰੀ ਸੁਣਦੇ ਰੋਂਦੇ ਦੇਖਦਾ, ਸੰਗੀਤ ਸੁਣਦੇ ਰੋਂਦੇ ਹੋਏ ਦੇਖਦਾ, ਤਾਂ ਮੈਨੂੰ ਲੱਗਦਾ ਕਿ ਇਹਨਾਂ ਬੰਦਿਆਂ 'ਤੇ ਬਹੁਤ ਧੂੜ ਪੈ ਚੁੱਕੀ ਆ, ਲੇਕਿਨ ਅੰਦਰ ਬੰਦੇ ਅਜੇ ਜਿਉਂਦੇ ਨੇ, ਬੰਦੇ ਅੰਦਰ ਹੈਗੇ ਨੇ ਕਿਤੇ। ਸੋ ਇਸੇ ਕਰਕੇ ਕਲਾ ਨਹੀਂ ਮਰਦੀ, ਇਸੇ ਕਰਕੇ ਕਵਿਤਾ ਨਹੀਂ ਮਰਦੀ, ਇਸੇ ਕਰਕੇ ਸਾਡਾ ਕਵਿਤਾ ਸੁਣਾਉਣ ਨੂੰ ਦਿਲ ਕਰਦਾ ਰਹਿੰਦਾ ਕਿ ਅਸੀਂ ਕਿਸੇ ਨੂੰ ਕਵਿਤਾ ਸੁਣਾਈਏ। ਲੇਕਿਨ ਇਹ ਹੈ ਕਿ ਮੈਂ ਇੱਦਾਂ ਮਹਿਸੂਸ ਕਰਦਾ ਹੁੰਦਾ ਕਿ ਰਿਸ਼ਤੇ ਅਸਲ 'ਚ ਕੀ ਆ, ਕਿ ਰਿਸ਼ਤੇ ਜਦੋਂ ਰਿਸ਼ਤੇਦਾਰੀ ਇੱਕ ਚੀਜ਼ ਹੈ, ਇੱਕ ਰਿਸ਼ਤਾ, ਕਿ ਕਈ ਵਾਰੀ ਅਸੀਂ ਰਿਸ਼ਤਿਆਂ, ਅਸੀਂ ਕਹਿੰਦੇ ਵੀ ਰਿਸ਼ਤੇ ਮਰ ਗਏ ਪਰ ਦਫ਼ਨ ਕਫਨ ਵਿੱਚ ਲੇਟ ਹੋ ਗਿਆ, ਕਿ ਇੱਕ ਰਿਸ਼ਤਾ ਖਤਮ ਹੋ ਗਿਆ ਸੀਗਾ, ਪਰ ਉਹਨੂੰ ਉਹ ਖਤਮ ਹੋ ਗਿਆ ਪਰ ਉਹਨੂੰ ਦਫ਼ਨ ਕਫਨ ਹੀ ਨਹੀਂ ਉਹਦਾ ਕੀਤਾ ਗਿਆ, ਉਹਨੂੰ ਖਤਮ ਨਹੀਂ ਕੀਤਾ ਗਿਆ। ਸੋ ਉਹ ਉੱਥੇ ਮੰਨਦਾ ਕਿ ਉਹ ਸ਼ਾਇਦ ਸਾਡੀ ਕਈ ਵਾਰੀ ਹਿਪੋਕ੍ਰੇਸੀ ਹੁੰਦੀ ਆ, ਜਾਂ ਸਾਡੀਆਂ, ਸਾਡੇ ਘਰਾਂ ਦੀ, ਘਰਾਂ ਦੇ ਰਿਵਾਜ਼ਾਂ ਦੀ ਇੱਕ ਇਹ ਆ ਕਿ ਉਹ ਅਸੀਂ ਆਪਣੀ ਹਕੀਕਤ ਨੂੰ ਨਹੀਂ ਜਿਉਂਦੇ। ਲੇਕਿਨ ਮੈਂ ਇਸ ਗੱਲ ਤੋਂ ਅਜੇ ਵੀ ਮਾਯੂਸ ਨਹੀਂ ਹਾਂ ਕਿ ਮਨੁੱਖਾਂ 'ਚ ਰਿਸ਼ਤੇ ਨੇ ਜਾਂ ਪਿਆਰ ਨੇ। ਲੇਕਿਨ ਮੈਂ ਇੱਕ ਇਹੋ ਜਿਹੀ, ਮੇਰੇ ਰਿਸ਼ਤਿਆਂ ਬਾਰੇ ਮੈਂ ਇੱਕ ਛੋਟੀ ਜਿਹੀ ਦੋ ਸ਼ੇਅਰ ਲਿਖੀ, ਜਿੱਥੇ ਮੈਂ ਕਹਿੰਦਾ ਕਿ ਰਿਸ਼ਤਾ, ਜੋ ਰਿਸ਼ਤਾ ਮਰ ਜਾਵੇ ਉਹਨੂੰ ਖਤਮ, ਉਹਦਾ ਦਫ਼ਨ ਕਫਨ ਕਰ ਦਿਓ। ਸੋ ਮੈਂ ਇੱਕ ਦੋ ਸ਼ੇਅਰ ਤੁਹਾਨੂੰ ਪਿਛਲੀ ਵਾਰੀ ਸੁਣਾਇਆ ਸੀ। ਮੈਂ ਇੱਦਾਂ ਲਿਖਿਆ ਕਿ ਤੂੰ ਵਫਾ ਤੋੜੀ ਨਹੀਂ ਪਰ ਤੜਪਿਆ ਤਾਂ ਹੈ ਜ਼ਰੂਰ, ਤੂੰ ਵਫਾ ਤੋੜੀ ਨਹੀਂ ਪਰ ਤੜਪਿਆ ਤਾਂ ਹੈ ਜ਼ਰੂਰ, ਆ ਰਿਹਾਈ ਦੇ ਦਿਆਂ ਤੈਨੂੰ ਮੈਂ ਇਸ ਜ਼ੰਜੀਰ 'ਚੋਂ, ਤੂੰ ਵਫਾ ਤੋੜੀ ਨਹੀਂ ਪਰ ਤੜਪਿਆ ਤਾਂ ਹੈ ਜ਼ਰੂਰ, ਆ ਰਿਹਾਈ ਦੇ ਦਿਆਂ ਤੈਨੂੰ ਮੈਂ ਇਸ ਜ਼ੰਜੀਰ 'ਚੋਂ, ਇਹ ਨਹੀਂ ਹੁਣ ਪ੍ਰੇਮ ਐਵੇਂ ਰਿਸ਼ਤਿਆਂ ਦਾ ਫਰੇਮ ਹੈ, ਇਹ ਨਹੀਂ ਹੁਣ ਪ੍ਰੇਮ ਐਵੇਂ ਰਿਸ਼ਤਿਆਂ ਦਾ ਫਰੇਮ ਹੈ, ਇੱਕ ਉਡਾਰੀ ਮਾਰ ਤੇ ਨਿਕਲ ਜਾ ਇਸ ਤਸਵੀਰ 'ਚੋਂ। ਕਿ ਸੋ ਅਸੀਂ ਵੀ ਇਸ ਤਸਵੀਰ 'ਚੋਂ ਨਿਕਲਦੇ ਹਾਂ ਹੁਣ, ਬਿਲਕੁਲ ਉਡਾਰੀ ਮਾਰਦੇ ਹਾਂ, ਉਡਾਰੀ ਮਾਰਦੇ ਹਾਂ। ਬਹੁਤ ਬਹੁਤ ਸ਼ੁਕਰੀਆ। ਸਿਧਾਰਥ ਨੇ ਇੱਕ ਸੁਣਨ ਦੀ ਗੱਲ ਸੁਣਾਈ ਸੀਗੀ ਕਿ ਸੁਣਨਾ ਆਉਂਦਾ, ਮੈਨੂੰ ਵੀ ਇੱਕ ਉੱਦਾਂ ਦੀ ਗੱਲ ਆਉਂਦੀ, ਮੈਂ ਤੁਹਾਨੂੰ ਸੁਣਾਉਣਾ ਕਿ ਇੱਕ ਬਹੁਤ ਮਸ਼ਹੂਰ ਸਰੰਗੀ ਨਿਵਾਸ ਸੀ, ਜਿਹਨੂੰ, ਜਿਹਦੀ ਸਰੰਗੀ ਦੀ ਮਸ਼ਹੂਰੀ ਮਹਾਰਾਜ ਤੱਕ ਵੀ ਚਲੀ ਗਈ, ਅਤੇ ਮਹਾਰਾਜ ਨੇ ਕਾਸਿਦ ਭੇਜਿਆ ਕਿ ਬਈ ਉਹਨੂੰ ਨਗੀਨੇ ਨੂੰ, ਸਰੰਗੀ ਨਿਵਾਸ ਨੂੰ ਬੁਲਾ ਕੇ ਲਿਆਓ। ਅਤੇ ਕਾਸਿਦ ਉਹਦੇ ਕੋਲ ਪਹੁੰਚਿਆ ਅਤੇ ਕਹਿੰਦਾ ਕਿ ਨਗੀਨਿਆਂ, ਬਈ ਮਹਾਰਾਜ ਤੇਰੀ ਸਰੰਗੀ ਸੁਣਨੀ ਚਾਹੁੰਦੇ ਆ। ਅਤੇ ਨਗੀਨਾ ਹੱਸਿਆ, ਕਹਿੰਦਾ ਹਲਾ, ਮਹਾਰਾਜ ਨੂੰ ਸਰੰਗੀ ਸੁਣਨੀ ਆਉਂਦੀ ਹੈ? ਅਤੇ ਉਹ ਕਹਿੰਦਾ ਕਿ ਵੀ ਇਹ ਤਾਂ ਮੈਂ ਗੱਲ ਪਹਿਲੀ ਵਾਰੀ ਸੁਣੀ ਆ ਵੀ ਸਰੰਗੀ ਸੁਣਨੀ ਆਉਂਦੀ ਹੈ, ਇਹ ਸੁਣਿਆ ਸਰੰਗੀ ਵਜਾਉਣੀ ਆਉਂਦੀ ਆ, ਇਹ ਮੈਂ ਗੱਲ ਪਹਿਲੀ ਵਾਰੀ ਸੁਣੀ ਆ। ਉਹ ਕਹਿੰਦੇ ਨਹੀਂ, ਇਹ ਵੀ ਗੱਲ ਹੁੰਦੀ ਆ ਕਿ ਤੂੰ ਦੇਖ ਲਈ, ਮੈਂ ਜਾਊਂਗਾ, ਤੂੰ ਉੱਥੇ ਰੇਤਾ ਵਿਛਾ ਦੇਈਂ ਅਤੇ ਮੈਂ ਸਰੰਗੀ ਉੱਪਰ ਸੱਸੀ ਦੀ ਧੁਨ ਵਜਾਊਂਗਾ। ਜੇ ਤਾਂ ਮਹਾਰਾਜ ਨੂੰ ਸੁਣਨਾ ਆਉਂਦਾ ਹੋਇਆ ਤਾਂ ਉਸ ਰੇਤਾ 'ਤੇ ਮੈਂ ਸੱਸੀ ਦੀ ਪੈਡ ਦਿਖਾ ਦਊਂਗਾ ਧੁਨ ਵਜਾ ਕੇ, ਜੇ ਮਹਾਰਾਜ ਨੂੰ ਸੁਣਨਾ ਨਾ ਆਉਂਦਾ ਹੋਇਆ ਤਾਂ ਉਹ ਰੇਤਾ ਉਲਟ ਕੇ ਮਹਾਰਾਜ ਦੀਆਂ ਅੱਖਾਂ 'ਚ ਵੀ ਪਊਗੀ, ਮੇਰੀਆਂ ਅੱਖਾਂ 'ਚ ਵੀ ਪਊਗੀ। ਇਹ ਹੁੰਦਾ ਕਿ ਸੁਣਨਾ ਆਉਂਦਾ ਤੋ ਮੇਰੀਆਂ ਅੱਖਾਂ 'ਚ ਰੇਤਾ ਉੜ ਉੜ ਕੇ ਨਹੀਂ ਪਈ,
ਤੁਹਾਨੂੰ ਸੱਸੀ ਦੀ ਪੈੜ ਦਿਸੀ ਕਿ ਨਹੀਂ ਮੈਂ ਨਹੀਂ ਜਾਣਦਾ, ਪਰ ਮੈਂ ਸਮਝਦਾ ਕਿ ਤੁਹਾਨੂੰ ਸਰੰਗੀ ਸੁਣਨੀ ਆਉਂਦੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਡੀਅੰਸ ਦਾ। ਔਰ ਪਾਤਰ ਸਾਹਿਬ, ਜਿਹੜੇ ਸਰੋਤੇ ਨੇ ਇਹੀ ਸਾਡੇ ਮਾਲਕ ਨੇ, ਇਹਨਾਂ ਤੋਂ ਅਸੀਂ ਪਰੇ ਹੋ ਨਹੀਂ ਸਕਦੇ। ਇਹ ਦੋ ਤੁਹਾਡੇ ਲਈ ਫਰਮਾਇਸ਼ਾਂ ਆਈਆਂ ਨੇ। ਖਤਮ ਹਾਂ ਬਸ ਸ਼ਾਮ ਤੀਕ ਹਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ। ਚਲੋ ਇਹਦੇ ਮੈਂ ਤੁਹਾਨੂੰ ਤਿੰਨ ਸ਼ੇਅਰ। ਇੱਕ ਕੱਚ ਦਾ ਗਲਾਸ, ਉਹ ਕੁੜੀਆਂ ਦੇ ਗਾਉਣ ਵਾਲਾ ਗੀਤਾ ਜਾਂ ਮੁੰਡਿਆਂ ਦੇ ਗਾਉਣ ਵਾਲਾ ਗੀਤਾ, ਲੇਕਿਨ ਮੈਂ ਤੁਹਾਨੂੰ ਥੋੜ੍ਹਾ ਜਿਹਾ ਉਹ ਵੀ ਸੁਣਾ ਦੂੰਗਾ। ਮੈਂ ਹੁਣ ਇਹ ਮੇਲਾ ਫਿਰ ਕਿਤੇ ਸਾਲ ਬਾਅਦ ਲੱਗਣਾ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਤੋ ਮੈਂ ਬਲਦਾ ਬਿਰਖ ਹਾਂ ਖਤਮ ਹਾਂ ਬਸ ਸ਼ਾਮ ਤੀਕ ਹਾਂ ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ। ਮੈਂ ਤਾਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ, ਮੈਂ ਪਾਣੀ ਤੇ ਲੀਕ ਹਾਂ, ਪਾਣੀ ਨੇ ਮੇਰੇ ਗੀਤ, ਮੈਂ ਪਾਣੀ ਤੇ ਲੀਕ ਹਾਂ। ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ, ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ, ਵੰਝਲੀ ਦੇ ਰੂਪ ਵਿੱਚ ਮੈਂ ਉਸ ਜੰਗਲ ਦੀ ਚੀਕ ਹਾਂ, ਵੰਝਲੀ ਦੇ ਰੂਪ ਵਿੱਚ ਮੈਂ ਉਸ ਜੰਗਲ ਦੀ ਚੀਕ ਹਾਂ। ਪਿਓਰ ਤੋਂ ਕੱਚ ਦਾ ਗਲਾਸ ਥੋੜ੍ਹਾ ਜਿਹਾ ਤੇਜ਼ ਗਤੀ ਵਾਲਾ ਗੀਤ ਆ, ਪਰ ਮੈਂ ਫਿਰ ਵੀ ਉਹਨੂੰ ਕੋਸ਼ਿਸ਼ ਕਰਦਾ ਕਿ ਅਸੀਂ ਤਾੜੀਆਂ ਮਾਰ ਦਿਆਂਗੇ ਨਾਲ ਨਾਲ। ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੈਨੂੰ ਅੰਮੜੀ ਨੇ, ਮੈਨੂੰ ਅੰਮੜੀ ਨੇ ਦਿੱਤੀਆਂ ਨੀ ਲੱਖ ਚਿੜਕਾਂ ਤੇ ਮੇਰੇ ਨੈਣਾਂ ਵਿੱਚੋਂ, ਮੇਰੇ ਨੈਣਾਂ ਵਿੱਚੋਂ ਛਮ ਛਮ ਨੀਰ ਫੁੱਟਿਆ ਨੀ ਮੇਰੇ ਨੈਣਾਂ ਵਿੱਚੋਂ। ਮੇਰੀ ਅੰਮੀ ਏ ਨੀ ਮੈਨੂੰ ਇੱਕ ਗੱਲ ਦੱਸਦੇ ਨੀ, ਲੋਕੀ ਦਿਲ ਤੋੜ ਦਿੰਦੇ, ਲੋਕੀ ਦਿਲ ਤੋੜ ਦਿੰਦੇ ਨੇ ਤੇ ਕਿੱਦਾਂ ਹੱਸਦੇ ਨੀ ਅੱਜ ਮੇਰੇ ਕੋਲੋਂ। ਫਿਰ ਚੁੰਦਾ ਕਿ ਇਹੋ ਜਿਹੇ ਗਲਾਸ ਨੀ ਮਾਏ ਵਿਕਦੇ ਲੱਖ ਬਜ਼ਾਰੀ, ਦਿਲ ਨਾ ਮਿਲਦੇ ਬਲਖ ਬੁਖਾਰੇ ਲੱਖੀਆਂ ਤੇ ਹਜ਼ਾਰੀ, ਕਿਰ ਜਾਂਦੇ ਨੈਣਾਂ ਦੇ ਮੋਤੀ ਮਾਏ ਝਿੜਕ ਨ ਮਾਰੀ ਨੀ ਅੱਜ ਮੇਰੇ ਕੋਲੋਂ ਕੱਚ ਦਾ, ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੈਨੂੰ ਅੰਮੜੀ ਨੇ ਦਿੱਤੀਆਂ ਨੀ ਲੱਖ ਝਿੜਕਾਂ ਤੇ ਮੇਰੇ ਨੈਣਾਂ ਵਿੱਚੋਂ। ਇੱਕ ਬੰਦੇ ਦਾ ਹੋਰ ਪੜ ਦੇਣਾ। ਸਸਤੀਆਂ ਇੱਥੇ ਬਹੁਤ ਜ਼ਮੀਰਾਂ ਮਹਿੰਗੀਆਂ ਬਹੁਤ ਜ਼ਮੀਨਾਂ, ਸਸਤੀਆਂ ਇੱਥੇ ਬਹੁਤ ਜ਼ਮੀਰਾਂ ਮਹਿੰਗੀਆਂ ਬਹੁਤ ਜ਼ਮੀਨਾਂ, ਮਹਿੰਗਾ ਰਾਣੀ ਹਾਰ ਤੇ ਸਸਤਾ ਸਦਰਾਂ ਭਰਿਆ ਸੀਨਾ, ਦਿਲ ਦਾ ਨਿਗਨਾ ਮੰਗੇ ਕੋਈ ਸਭ ਮੰਗਦੇ ਪਸ਼ਮੀਨਾ ਨੀ ਅੱਜ ਮੇਰੇ ਕੋਲੋਂ ਕੱਚ ਦਾ, ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੈਨੂੰ ਅੰਮੜੀ ਨੇ ਦਿੱਤੀਆਂ ਨੀ ਲੱਖ ਝਿੜਕਾਂ ਤੇ ਮੇਰੇ ਨੈਣਾਂ ਵਿੱਚੋਂ।
ਬਹੁਤ ਬਹੁਤ ਸ਼ੁਕਰੀਆ ਮੇਰੇ ਕੋਲ ਤਾਂ ਕੋਈ ਅਲਫਾਜ਼ ਨਹੀਂ ਮੈਂ ਬਿਆਨ ਕਰ ਸਕਾਂ ਕਿ ਕਿੰਨਾ ਮਜ਼ਾ ਆਇਆ ਕਿੰਨਾ ਚੰਗਾ ਲੱਗਾ ਰੂਹ ਤੱਕ ਖੁਸ਼ ਹੋ ਗਈ ਔਰ ਮੈਨੂੰ ਲੱਗਦਾ ਜੋ ਇੱਥੇ ਸਾਰੇ ਸਰੋਤੇ ਬੈਠੇ ਨੇ ਉਹਨਾਂ ਦੇ ਜੇ ਚਿਹਰੇ ਦੀ ਕੋਈ ਨੁਹਾਰ ਪੜੇ ਤਾਂ ਇਸੇ ਤਰ੍ਹਾਂ ਹੀ ਲੱਗ ਰਿਹਾ ਕਿ ਉਹ ਵੀ ਬਹੁਤ ਬਹੁਤ ਖੁਸ਼ ਨੇ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਪਾਤਰ ਸਾਹਿਬ ਸਾਡੇ ਥੋੜ੍ਹੇ ਕਹੇ ਨੂੰ ਬਹੁਤਾ ਜਾਣੋ ਅਤੇ ਅਸੀਂ ਤੁਹਾਨੂੰ ਉਡੀਕਦੇ ਰਵਾਂਗੇ ਵਾਰ ਵਾਰ ਹਰ ਵਾਰ ਜਿਵੇਂ ਅਸੀਂ ਸਵੇਰੇ ਵੀ ਕਹਿ ਰਹੇ ਸੀਗੇ ਕਿ ਜਿਹੜੇ ਜਿਹੜੇ ਸਾਡੇ ਕੋਲ ਇੱਥੇ ਆ ਗਏ ਨੇ ਅਸੀਂ ਇਹਨਾਂ ਨੂੰ ਜਾਣ ਨਹੀਂ ਦੇਣਾ ਅਤੇ ਅਸੀਂ ਹਰ ਸਾਲ ਔਰ ਹਰ ਵੇਲੇ ਜਦੋਂ ਵੀ ਤੁਹਾਨੂੰ ਉਡੀਕਾਂਗੇ ਤੁਸੀਂ ਆਉਣਾ ਹੈ ਇੱਥੇ ਚਲੋ ਮੈਂ ਵੀ ਅਸੀਂ ਹੁਣ ਵਿਦਾ ਲੈਂਦੇ ਮੈਂ ਪੰਜਾਬ ਤੋਂ ਹੀ ਸ਼ੁਰੂ ਕੀਤਾ ਸੀ ਪੰਜਾਬ ਦੀ ਛੋਟੇ ਚਾਰ ਸਤਰਾਂ ਸੁਣਾ ਕੇ ਮੈਂ ਚੱਲਦਾ ਕਿ ਇਹ ਪੰਜਾਬ ਕੋਈ ਮੇਰਾ ਜੁਗਰਾਫੀਆ ਨਹੀਂ ਕਿ ਹੁਣ ਪੰਜਾਬ ਮੈਂ ਆਸਟ੍ਰੇਲੀਆ ਗਿਆ ਅਤੇ ਉਹ ਮੈਨੂੰ ਬੰਦੇ ਨੇ ਬੜੀ ਸੋਹਣੀ ਕਾਵਕ ਗੱਲ ਕਹੀ ਕਹਿੰਦਾ ਹੁਣ ਪੰਜਾਬ ਪੰਜਾਬੀ ਪੰਜਾਂ ਦਰਿਆਵਾਂ ਦੀ ਬੋਲੀ ਨਹੀਂ ਸੱਤਾਂ ਸਮੁੰਦਰਾਂ ਦੀ ਬੋਲੀ ਹੋ ਗਈ ਆ ਕਿ ਕੈਨੇਡਾ 'ਚ ਇਹ ਤੀਸਰੀ ਭਾਸ਼ਾ ਬਣ ਚੁੱਕੀ ਆ ਕਿ ਇੱਕ ਆਸ ਵਾਲੀ ਗੱਲ ਸੁਣਾਈ ਔਰ ਮੈਂ ਇੱਕ ਬੋਲੀ ਸੁਣੀ ਪਹਿਲਾਂ ਸੁਣਦੇ ਹੁੰਦੇ ਸੀਗੇ ਕਿ ਨੱਚਾਂ ਮੈਂ ਪਟਿਆਲੇ ਅਤੇ ਮੇਰੀ ਧਮਕ ਜਲੰਧਰ ਪੈਂਦੀ ਪਰ ਮੈਂ ਹੁਣ ਪਿੱਛੇ ਜੇ ਬੋਲੀ ਸੁਣੀ ਉਹ ਕਹਿੰਦਾ ਕਿ ਉਹ ਕੁੜੀ ਕਹਿੰਦੀ ਕਿ ਮੈਂ ਮੋਗੇ ਨੱਚਾਂ ਜਾਗੋ ਵਿੱਚ ਮੇਰੀ ਪੈਂਦੀ ਧਮਕ ਸ਼ਿਕਾਗੋ ਵਿੱਚ ਤੋ ਪੰਜਾਬ ਫੈਲ ਗਿਆ ਬਹੁਤ ਫੈਲ ਗਿਆ ਤੋ ਮੈਂ ਤਾਂ ਇਹ ਕਿਹਾ ਕਿ ਇਹ ਪੰਜਾਬ ਕੋਈ ਨਿਰਾ ਜੁਗਰਾਫੀਆ ਨਹੀਂ ਇਹ ਪੰਜਾਬ ਕੋਈ ਨਿਰਾ ਜੁਗਰਾਫੀਆ ਨਹੀਂ ਇੱਕ ਗੀਤ ਇੱਕ ਪ੍ਰੀਤ ਇਤਿਹਾਸ ਵੀ ਹੈ ਰਿਸ਼ੀਆਂ ਸੂਫੀਆਂ ਸਤਿਗੁਰਾਂ ਸਿਰਜਿਆ ਏ ਇੱਕ ਫਲਸਫਾ ਸੋਚ ਅਹਿਸਾਸ ਵੀ ਹੈ ਕਿੰਨੇ ਝੱਖੜਾਂ ਤੂਫਾਨਾਂ 'ਚੋਂ ਲੰਘਿਆ ਏ ਇਹਦਾ ਮੁਖੜਾ ਕੁਝ ਕੁਝ ਉਦਾਸ ਵੀ ਹੈ ਇਸ ਦੀ ਸ਼ਾਨ ਇੱਕ ਦਿਨ ਸੂਰਜ ਵਾਂਗ ਚਮਕੂ ਮੇਰੀ ਆਸ ਵੀ ਹੈ ਅਰਦਾਸ ਵੀ ਹੈ ਸੋ ਬਹੁਤ ਬਹੁਤ ਮੈਨੂੰ ਲੱਗਦਾ ਇੱਕ ਵਾਰੀ ਸਾਰੇ ਖੜ੍ਹੇ ਹੋ ਕੇ ਅਤੇ ਪੰਜਾਬ ਦੇ ਜੋ ਹਾਲਾਤ ਨੇ ਨਾ ਮੇਰੀਆਂ ਲੱਖ ਦੁਆਵਾਂ ਨੇ ਪਾਤਰ ਸਾਹਿਬ ਵਾਸਤੇ ਜਿਨ੍ਹਾਂ ਨੇ ਇੰਨਾ ਖੂਬਸੂਰਤ ਮੁਕੰਮਲ ਕੀਤਾ ਇਸ ਪ੍ਰੋਗਰਾਮ ਨੂੰ ਕਿ ਮੇਰੀ ਆਸ ਵੀ ਹੈ ਅਤੇ ਮੇਰੀ ਅਰਦਾਸ ਵੀ ਹੈ ਮੈਨੂੰ ਲੱਗਦਾ ਅੱਜ ਸਾਨੂੰ ਸਾਰਿਆਂ ਨੂੰ ਇਸ ਲੋੜ ਹੈ ਕਿ ਇਸ ਪੰਜਾਬ ਵਾਸਤੇ ਵਾਕਈ ਹੀ ਅਰਦਾਸ ਕਰੋ ਰਲ ਕੇ ਕਿ ਇਹ ਅਰਦਾਸ ਕਬੂਲ ਹੋਵੇ ਅਤੇ ਸਾਡਾ ਪੰਜਾਬ ਪਹਿਲੇ ਵਰਗਾ ਪੰਜਾਬ ਇੱਕ ਵਾਰੀ ਫੇਰ ਹੋ ਜਾਵੇ ਸੋ ਥੈਂਕ ਯੂ ਵੈਰੀ ਮੱਚ ਪਾਤਰ ਸਾਹਿਬ ਮੇਰਾ ਐਵੇਂ ਜੀ ਕਰਦਾ ਇੱਕ ਵਾਰੀ ਮੈਂ ਕਰਨ ਜੀ ਨੂੰ ਹਾਕ ਮਾਰ ਲਵਾਂ ਇੱਕ ਵਾਰੀ ਆ ਜਾਓ ਸੋ ਛੋਟੇ ਬੱਚੇ ਹੁੰਦੇ ਨਾ ਜਿਵੇਂ ਕੁਛ ਕਰਕੇ ਕਹਿੰਦੇ ਵੀ ਤੁਸੀਂ ਆ ਜਾਓ ਜੀ ਅਤੇ ਪਲੀਜ਼ ਸਾਡੇ ਕੋਲ ਸੰਗਰੂਰ ਵਾਲਿਆਂ ਵਾਸਤੇ ਤਾਂ ਮੇਰੇ ਖਿਆਲ ਸਾਨੂੰ ਤਾਂ ਕੋਈ ਅਲਫਾਜ਼ ਨਹੀਂ ਹੈ ਕਿ ਅਸੀਂ ਪਾਤਰ ਸਾਹਿਬ ਦਾ ਸ਼ੁਕਰਾਨਾ ਕਰ ਸਕੀਏ ਇੰਨੀ ਡੈਪਥ ਇੰਨਾ ਮੀਨਿੰਗ ਅਤੇ ਇੰਨਾ ਕੁਛ ਸਾਨੂੰ ਇਹ ਜ਼ਿਕਰ ਕਰ ਰਹੇ ਸੀ ਵੀ ਇਹ ਸਾਲਾਨਾ ਹੋਣਾ ਚਾਹੀਦਾ ਜੇ ਪਾਤਰ ਸਾਹਿਬ ਸਾਡੇ ਕੋਲ ਆਉਂਦੇ ਰਹਿਣ ਅਤੇ ਅਸੀਂ ਐਵਰੀ 3 ਮੰਥਸ ਅਸੀਂ ਇਹ ਪ੍ਰੋਗਰਾਮ ਜਾਰੀ ਰੱਖਾਂਗੇ ਥੈਂਕ ਯੂ ਸੋ ਮੱਚ ਥੈਂਕ ਯੂ ਐਂਡ ਗੋਡ ਬਲੈਸ ਯੂ ਜੀ ਗੋਡ ਬਲੈਸ ਯੂ ਫੋਰ ਆਲ ਦਾ ਵਰਕ ਜੀ ਪਾਤਰ ਸਾਹਿਬ ਬੜੀ ਰੀਸ ਸੀ ਕਿ ਤੁਹਾਡੇ ਸਾਹਮਣੇ ਇੱਕ ਦਿਲ ਦੀ ਗੱਲ ਕਹਾਂ ਵੈਸੇ ਸਨੀ ਜੀ ਨੇ ਮੈਨੂੰ ਕਿਹਾ ਕਿ ਪਾਤਰ ਜੀ ਨਾਲ ਤੁਹਾਡਾ ਤਾਂ ਰਹਿੰਦਾ ਰਿਹਾ ਹੋਣਾ ਆਪਸ ਦੇ ਵਿੱਚ ਮੈਂ ਕਿਹਾ ਨਹੀਂ ਕਦੇ ਆਹਮਣੇ ਸਾਹਮਣੇ ਨਹੀਂ ਰਹੇ ਦਿਲ ਦੇ ਵਿੱਚ ਬਹੁਤ ਰਹਿੰਦੇ ਨੇ ਮੈਂ ਪਹਿਲਾਂ ਤਾਂ ਤੁਸੀਂ ਗੱਲ ਕੀਤੀ ਸੀ ਰਿਕਸ਼ੇ ਵਾਲੀ ਦੀ ਮੈਨੂੰ ਇੱਕ ਗੱਲ ਯਾਦ ਆ ਗਈ ਉਹ ਵੀ ਸ਼ੇਅਰ ਕਰ ਲਾਂ ਮੇਰੇ ਬਜ਼ੁਰਗ ਲਾਹੌਰ ਕਾਲਜ 'ਚ ਪੜ੍ਹਦੇ ਸੀ ਉਦੋਂ ਮੁਸ਼ਾਇਰਾ ਹੋਣਾ ਸੀ ਮਲਕਾ ਪੁਖਰਾਜ ਨੇ ਆਉਣਾ ਸੀ ਕਹਿੰਦੇ ਕਿ ਸਾਡੇ ਪਿੰਡੋਂ ਸਾਡਾ ਇੱਕ ਮੁੰਡਾ ਆਇਆ ਹੋਇਆ ਸੀ ਕਬੱਡੀ ਦਾ ਪਲੇਅਰ ਸੀ ਅਸੀਂ 2 ਦਿਨ ਸਾਰੇ ਦਿਨ ਗੱਲਾਂ ਕਰਦੇ ਰਹੇ ਕਿ ਮਲਕਾ ਪੁਖਰਾਜ ਦਾ ਪ੍ਰੋਗਰਾਮ ਹੈ ਯਾਰ ਜਾਣਾ ਕਿਵੇਂ ਜਾਈਏ ਪਾਸ ਲੈਣੇ ਹੋਰ ਹੈ ਚਲੋ ਜਦੋਂ ਅਸੀਂ ਜਾਣਾ ਸੀ ਉਹਨੂੰ ਵੀ ਨਾਲ ਲੈ ਕੇ ਮੁਸ਼ਾਇਰੇ 'ਤੇ ਜਦੋਂ ਕਹਿੰਦੇ ਅਸੀਂ ਵਾਪਸ ਆ ਰਹੇ ਸੀ ਤਾਂ ਕਹਿਣ ਲੱਗੇ ਯਾਰ ਊਈ ਤੁਸੀਂ ਤਾਂ 2 ਦਿਨਾਂ ਦਾ ਮਲਕਾ ਪੁਖਰਾਜ ਲਾਈ 2 ਡਾਂਗਾਂ ਦੀ ਮਾਰਨੀ ਅਤੇ ਪੰਜਾਬੀਆਂ ਦੇ ਸੁਭਾਅ ਦੇ ਵਿੱਚੋਂ ਹੈ ਤੁਸੀਂ ਕਮਜ਼ੋਰ ਨਹੀਂ ਸਰਦਾਰ ਜੀ ਇਹ ਤਿੱਖੀ ਤਲਵਾਰ ਨੇ ਪੰਜਾਬ ਦੀ ਮੈਂ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਦੀ ਅਸੈਂਬਲੀ ਦੇ ਵਿੱਚ ਸਭ ਤੋਂ ਵੱਧ ਜੇ ਕਿਸੇ ਨੂੰ ਇਹ ਸ਼ਹਿਰਾਂ ਨੂੰ ਦਰਸਾਇਆ ਦੁਹਰਾਇਆ ਗਿਆ ਕੋਟ ਕੀਤਾ ਗਿਆ ਉਹ ਪਾਤਰ ਜੀ ਦੇ ਨੇ ਮੈਂ ਵੀ ਆਪਣੀ ਜ਼ਿੰਦਗੀ 'ਚ ਜਦੋਂ ਅਸੈਂਬਲੀ 'ਚ ਪਹਿਲੀ ਵਾਰ ਬੋਲਣਾ ਸੀ ਉਦੋਂ ਤੁਹਾਡੇ ਸ਼ਬਦ ਤਾਂ ਸਾਊ ਬੜੇ ਨੇ ਉਸ ਤੋਂ ਸ਼ੁਰੂ ਕੀਤਾ ਬੜੇ ਤੁਹਾਡੇ ਸ਼ੇਰ
ਜੇਕਰ ਬੱਜਾ ਪਿੱਠ ਵਿੱਚ ਛੁਰਾ ਨਹੀਂ ਮਤ ਸਮਝ ਸ਼ਹਿਰ ਦਾ ਹਾਲ ਬੁਰਾ ਨਹੀਂ ਬਲਦੇ ਹੱਥਾਂ ਨੇ ਜੋ ਹਨ ਹਵਾ ਵਿੱਚ ਲਿਖੇ ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ ਇੰਨਾ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਵੇਂ ਦੋ ਚਾਰ ਕੁ ਬੰਦੇ ਛੱਡ ਲਿਆ ਮੋਢਾ ਦੇਣ ਦੇ ਲਈ ਅਤੇ ਅਸੀਂ ਵਿਰੋਧੀ ਧਿਰ ਦੇ ਵਿੱਚ ਬਹੁਤ ਸਾਡੇ ਸਾਥੀਆਂ ਨੇ ਪਾਤਰ ਸਾਹਿਬ ਨੂੰ ਕੋਟ ਕੀਤਾ ਪਰੰਤੂ ਮੈਨੂੰ ਉਦੋਂ ਬੜੀ ਹੈਰਾਨੀ ਹੋਈ ਕਿ ਜਦੋਂ ਸਾਨੂੰ ਜਵਾਬ ਆਏ ਜਿਹੜੀ ਦੂਸਰੇ ਪਾਸੇ ਤੋਂ ਉਹ ਵੀ ਤੁਹਾਡੀਆਂ ਸ਼ੇਰਾਂ ਦੇ ਨਾਲ ਹੀ ਆਏ ਫਿਰ ਮੈਂ ਸੋਚਿਆ ਕਿ ਵੀ ਤਲਵਾਰ ਬੜੀ ਤਿੱਖੀ ਹੁੰਦੀ ਹੈ ਤਲਵਾਰ ਇਸ ਗੱਲ ਦੇ ਵਿੱਚ ਉਹਦੀ ਤਾਕਤ ਨਹੀਂ ਕਿ ਉਹ ਤਿੱਖੀ ਬੜੀ ਹੈ ਤਲਵਾਰ ਦੀ ਤਾਕਤ ਇਸ ਗੱਲ ਦੇ ਵਿੱਚ ਹੈ ਕਿ ਉਹਦਾ ਮੁੱਠਾ ਕਿਸ ਹੱਥ ਦੇ ਵਿੱਚ ਹੈ ਜੇਕਰ ਤਾਂ ਜ਼ੁਲਮ ਕਰਨ ਵਾਲਿਆਂ ਦੇ ਹੱਥ ਦੇ ਵਿੱਚ ਤਾਂ ਬੜੀ ਭੈੜੀ ਹੈ ਜੇਕਰ ਜ਼ੁਲਮ ਦੇ ਖਿਲਾਫ ਲੜਨ ਵਾਲਿਆਂ ਦੇ ਮੁੱਠਾ ਉਹਦੇ ਉਹਨਾਂ ਦੇ ਹੱਥ ਦੇ ਵਿੱਚ ਹੈ ਤਾਂ ਤਲਵਾਰ ਚੰਗੀ ਬਣੇ ਮੇਰੀ ਇਹ ਦੁਆ ਹੈ ਕਿ ਤੁਹਾਡੀ ਤਲਵਾਰ ਸਦਾ ਸੱਚ ਦੇ ਹੱਥ 'ਚ ਹੀ ਰਹੇ ਇਹ ਦੁਆ ਹੀ ਮੈਂ ਤੁਹਾਡੀ ਕਰਨੀ ਚਾਹੁੰਦਾ ਬਹੁਤ ਬਹੁਤ ਧੰਨਵਾਦ